ਸਤਨਾਮ ਵਾਹਿਗੁਰੂ ਜੀ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਸਿੱਖ ਸੰਗਤ ਜੈ ਕਹਿਤੇ ਆਵਤ ਮਨ ਭਾਵਤ ਪਾਵਤ ਨਿਜ ਕਾਮ ਚੌਂ ਦਿਸ਼ ਤੇ ਹੋਏ ਮੇਲ ਸਕੇਲਨ ਉਤਰ ਅਨੰਦਪੁਰੇ ਅਭਿਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਸੰਧਿਆ ਦੇ ਸੁੰਦਰ ਦੀਵਾਨਾਂ ਦੇ ਅੰਦਰ ਆਪ ਸੰਗਤ ਨੇ ਗੁਰਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਆਪਾਂ ਅਨੰਦਪੁਰ ਸਾਹਿਬ ਦੀ ਧਰਤੀ ਦਾ ਸਰਵਣ ਕਰ ਰਹੇ ਹਾਂ। ਪਿਛਲੇ ਦੀਵਾਨ ਦੇ ਵਿੱਚ ਇਹ ਬਚਨ ਸਰਵਣ ਕੀਤੇ, ਅਨੰਦਪੁਰ ਸਾਹਿਬ ਮੇਲੇ ਦੇ ਵਿੱਚ ਇੱਕ ਬਹੁਤ ਵੱਡਾ ਠੱਗ ਚੋਰੀ ਕਰਨ ਵਾਸਤੇ ਆ ਗਿਆ। ਇੱਕ ਦੋ ਸਿੱਖਾਂ, ਤਿੰਨਾਂ ਸਿੱਖਾਂ, ਚਾਰ ਸਿੱਖਾਂ ਦੀ ਮਾਇਆ ਇਸਨੇ ਚੋਰੀ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਜਦੋਂ ਇਹ ਸ਼ਿਕਾਇਤ ਪਹੁੰਚੀ ਕਿ ਕੋਈ ਚੋਰ ਚੋਰੀ ਕਰਦਾ ਪਿਆ, ਮਹਾਰਾਜ ਸਾਹਿਬ ਜੀਆਂ ਨੇ ਆਪਣੇ ਸੂਰਮੇ ਭੇਜੇ, ਬਚਨ ਕੀਤਾ, ਕਹਿਣ ਲੱਗੇ ਲਾਲ ਪੱਗ ਬੰਨ੍ਹ ਕੇ ਖੱਦਰ ਦੀ ਧੋਤੀ ਪਹਿਨੀ ਹੋਈ ਹੈ, ਹੱਥ ਵਿੱਚ ਮਾਲਾ ਫੜੀ ਹੈ, ਮੱਥੇ 'ਤੇ ਤਿਲਕ ਲਾਇਆ ਹੋਇਆ, ਜਿਹੜਾ ਚੋਰ ਹੈ ਉਹਦਾ ਇਹ ਲਿਬਾਸ ਹੈ, ਇਹ ਕੱਪੜੇ ਪਾਏ ਮੇਲੇ ਵਿੱਚੋਂ ਲੱਭ ਕੇ ਲੈ ਕੇ ਆਓ। ਗੁਰੂ ਕੇ ਸਿੱਖ ਦੌੜ ਕੇ ਗਏ, ਚੋਰ ਨੂੰ ਪਕੜਿਆ, ਮਹਾਰਾਜ ਜੀਆਂ ਦੇ ਕੋਲ ਲਿਆਂਦਾ ਹੈ। ਸਤਿਗੁਰੂ ਪਾਤਸ਼ਾਹ ਜੀਆਂ ਨੇ ਥੋੜ੍ਹੀ ਸਜ਼ਾ ਦੇ ਕੇ ਫਿਰ ਤਾੜਨਾ ਕੀਤੀ ਹੈ, ਇਸ ਵਾਰੀ ਤੈਨੂੰ ਛੱਡ ਦਿੰਦੇ ਆ, ਜੇ ਗਾਂਹ ਤੋਂ ਕੋਈ ਗੁਨਾਹ ਕਰੇਗਾ ਤਾਂ ਬਰਾਬਰ ਡੰਡ ਮਿਲੇਗਾ। ਇਤਿਹਾਸ ਪ੍ਰਸੰਗ ਆਪਾਂ ਪਿੱਛੇ ਸਰਵਣ ਕੀਤੇ, ਅੱਗੇ ਮਹਾਰਾਜ ਜਿਵੇਂ ਕਿਰਪਾ ਕਰਦੇ ਆ ਉਹ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿ ਸਾਹਿਬ ਜੀ। ਸਿੱਖ ਸੰਗਤ ਜਹ ਕਹਿਤੇ ਆਵਤ ਮਨ ਭਾਵਤ ਪਾਵਤ ਨਿਜ ਕਾਮ। ਸਿੱਖ ਸੰਗਤਾਂ ਜਿੱਥੋਂ ਕਿੱਥੋਂ, ਦੂਰੋਂ ਦਰਾਡਿਓਂ ਨੇੜਿਓਂ, ਹਰੇਕ ਦੇਸ਼ ਵਿੱਚੋਂ, ਧਰਤੀ ਦੇ ਹਰੇਕ ਕੋਨੇ ਵਿੱਚੋਂ ਆਉਂਦੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੱਥਾ ਟੇਕਣ ਵਾਸਤੇ, ਮਨ ਭਾਉਂਦੀਆਂ ਵਸਤੂਆਂ ਲੈ ਕੇ ਆਉਂਦੀਆਂ ਮਹਾਰਾਜ ਵਾਸਤੇ, ਅਤੇ ਸਤਿਗੁਰਾਂ ਦੇ ਕੋਲੋਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਹਨ। ਚੌਂ ਦਿਸ਼ ਤੇ ਹੋਏ ਮੇਲ ਸਕੇਲਨ ਉੱਤਰ ਅਨੰਦਪੁਰੇ ਅਭਿਰਾਮ। ਚਾਰ ਛਫੇਰੇ ਤੋਂ ਸੰਗਤ ਆਉਂਦੀ ਹੈ, ਕੋਈ ਉੱਤਰ ਤੋਂ ਆਉਂਦਾ, ਕੋਈ ਦੱਖਣ ਤੋਂ ਆਉਂਦਾ, ਕੋਈ ਪੂਰਬ ਤੋਂ ਆਉਂਦਾ, ਕੋਈ ਪੱਛਮ ਤੋਂ ਆਉਂਦਾ। ਇਸ ਕਰਕੇ ਅਨੰਦਪੁਰ ਸਾਹਿਬ ਧਰਤੀ ਦੇ ਉੱਪਰ ਬਹੁਤ ਭਾਰੀ ਸੰਗਤਾਂ ਦਾ ਮੇਲਾ ਲੱਗਿਆ ਹੋਇਆ ਹੈ। ਜਬ ਜਨ ਬਹੁ ਬ੍ਰਿੰਦ ਭਏ ਨਰ ਜੇ ਨਰ ਜੇ ਦਰਸ਼ਨ ਚਾਹਤ ਸੁਖ ਧਾਮ। ਜਦੋਂ ਸੰਗਤ ਆਉਂਦੀ ਹੈ, ਕੋਈ 10 ਦਿਨ ਰਹਿੰਦਾ, ਕੋਈ 15 ਦਿਨ ਰਹਿੰਦਾ, ਕੋਈ 1 ਮਹੀਨਾ ਆ ਕੇ ਰਹਿੰਦਾ, ਜਦੋਂ ਸੰਗਤਾਂ ਵੱਧ ਜਾਂਦੀਆਂ, ਜਿਹੜੀਆਂ ਪਹਿਲਾਂ ਦੀਆਂ ਆਈਆਂ ਹੁੰਦੀਆਂ ਉਹ ਆਗਿਆ ਲੈ ਕੇ ਚੱਲ ਪੈਂਦੇ, ਨਵੀਂ ਸੰਗਤ ਰੋਜ਼ ਆਉਂਦੀ ਹੈ, ਪਹਿਲੀ ਆਈ ਹੋਈ ਸੰਗਤ ਮਹਾਰਾਜ ਨੂੰ ਮੱਥਾ ਟੇਕ ਕੇ ਆਗਿਆ ਲੈ ਕੇ ਅਤੇ ਆਪ ਆਪਣੇ ਘਰਾਂ ਨੂੰ ਜਾਂਦੇ ਹਨ। ਤਬ ਨਿਕ ਸੈਂਬੜ ਸਭਾ ਲਗਾਵੇ ਪੂਰਾ ਕਾਮਨਾ ਮਨ ਵਿਸਰਾਮ। ਸਤਿਗੁਰੂ ਪਾਤਸ਼ਾਹ ਮਹਾਰਾਜ ਜਾਣਦੇ
ਸੰਗਤਾਂ ਵਾਸਤੇ ਵੱਡਾ ਦੀਵਾਨ ਸਜਾਇਆ ਜਾਂਦਾ ਹੈ। ਦੀਵਾਨ ਵਿੱਚ ਆ ਕੇ ਸੰਗਤਾਂ ਨੂੰ ਮਿਲਦੇ ਔਰ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਜੋਧਾ ਰਹਿਮ ਵਿਸਾਲ ਭਇਓ ਦਲ ਰਣ ਪ੍ਰਿਆ ਰਣ ਕੀ ਬਾਤ ਸੁਣਾਏ। ਸਤਿਗੁਰੂ ਪਾਤਸ਼ਾਹ ਜੀਆਂ ਦੇ ਕੋਲ ਬੇਅੰਤ ਯੋਧੇ ਨੇ ਅਤੇ ਇਹ ਯੋਧੇ ਜਿਹੜੇ ਨੇ ਜੰਗ ਦੀਆਂ ਗੱਲਾਂ ਕਰ ਕਰਕੇ ਇੱਕ ਦੂਜੇ ਨੂੰ ਆਪਣੀ ਬਹਾਦਰੀ ਦੱਸਦੇ ਹਨ। ਬਹੁ ਉਤਸਾਹ ਹੋਤ ਹੈ ਵੀਰਨ ਆਯੁਧ ਵਿਦਿਆ ਸਦਾ ਕਮਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਇਸ ਪਵਿੱਤਰ ਸਥਾਨ 'ਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬੜਾ ਉਤਸ਼ਾਹ ਹੈ ਮਹਾਰਾਜ ਦੇ ਸੂਰਮਿਆਂ ਦੇ ਵਿੱਚ, ਅਤੇ ਸੂਰਮੇ ਜਿਹੜੇ ਨੇ ਰੋਜ਼ ਸ਼ਾਸਤਰ ਵਿੱਦਿਆ ਨੂੰ ਕਮਾਉਂਦੇ ਨੇ, ਕੋਈ ਤੀਰਾਂ ਦੇ ਨਾਲ, ਕੋਈ ਤਲਵਾਰਾਂ ਦੇ ਨਾਲ, ਪਟੇਬਾਜ਼ੀ ਦੀ ਵਿੱਦਿਆ, ਗੱਤਕੇ ਦੀ ਵਿੱਦਿਆ ਕਰ ਕਰਕੇ ਇੱਕ ਦੂਜੇ ਨੂੰ ਵਿਖਾਉਂਦੇ ਨੇ, ਆਪੋ ਆਪਣਾ ਬਲ ਪਰਖਦੇ ਨੇ ਔਰ ਆਪਣੀ ਤਾਕਤ ਲਗਾਉਂਦੇ ਹਨ। ਐਨ ਫੰਧਾਵਤ ਬਹੁ ਚਪਲਾਵਤ ਅਧਿਕ ਪਲਾਏ ਤੁਫੰਗ ਚਲਾਏ। ਸਤਿਗੁਰੂ ਪਾਤਸ਼ਾਹ ਨੂੰ ਵਿਖਾਉਂਦੇ ਨੇ ਆਪਣੀ ਘੋੜ ਸਵਾਰੀ ਦਾ ਤਜਰਬਾ ਵੀ ਵਿਖਾਉਂਦੇ ਨੇ, ਘੋੜੇ ਨੂੰ ਕਿਵੇਂ ਭਜਾਉਣਾ ਹੈ, ਘੋੜੇ ਦੀਆਂ ਛਾਲਾਂ ਕਿਵੇਂ ਮਰਵਾਉਣੀਆਂ, ਅਤੇ ਇਸੇ ਤਰ੍ਹਾਂ ਦੁਸ਼ਮਣ ਦੇ ਉੱਪਰ ਹਮਲਾ ਕਰਨ ਵੇਲੇ ਕੀ ਚਲਾਕੀ ਵਰਤਣੀ ਹੈ ਔਰ ਜੇ ਦੁਸ਼ਮਣ ਨੇ ਹਮਲਾ ਕਰ ਦਿੱਤਾ ਤਾਂ ਕਿਹੜੀ ਚਲਾਕੀ ਕਰਕੇ ਬਚਣਾ ਹੈ, ਇਹ ਸਾਰਾ ਕੁਝ ਆਪਣਾ ਸ਼ਸਤਰ ਵਿੱਦਿਆ ਦਾ ਜਿਹੜਾ ਗੁਣ ਹੈ ਉਹ ਮਹਾਰਾਜ ਨੂੰ ਦਿਖਾਉਂਦੇ ਹਨ। ਮਹਾਰਾਜ ਗੁਰ ਸਰਬ ਸਮਾਜੈ ਦੀਰਘ ਕਰਿਓ ਜਗਤ ਜਸ ਗਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬੇਅੰਤ ਫੌਜ ਆਪਣੇ ਕੋਲ ਰੱਖ ਲਈ ਹੈ, ਅਸਲੇ ਦੀ ਕੋਈ ਕਮੀ ਨਹੀਂ ਹੈ, ਹਥਿਆਰਾਂ ਦੀ ਕੋਈ ਕਮੀ ਨਹੀਂ ਹੈ, ਨਾ ਸੂਰਮਿਆਂ ਦੀ ਕਮੀ ਹੈ, ਵੱਡੀ ਫੌਜ ਮਹਾਰਾਜ ਨੇ ਅਨੰਦਪੁਰ ਸਾਹਿਬ ਦੇ ਵਿੱਚ ਬਣਾਈ ਹੈ ਅਤੇ ਸਾਰਾ ਜਗਤ ਮਹਾਰਾਜ ਜੀਆਂ ਦਾ ਬੜਾ ਜਸ ਗਾਉਂਦਾ ਕਹਿੰਦਾ ਹੈ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਕੇਤਕ ਦਿਵਸ ਬਿਤਾਏ। ਇਸ ਤਰ੍ਹਾਂ ਗੁਰਮੁਖੋ ਕੁਝ ਦਿਨ ਮਹਾਰਾਜ ਸਾਹਿਬ ਜੀਆਂ ਨੇ, ਕੁਝ ਮਹੀਨੇ ਕਹਿ ਲਈਏ, ਕੁਝ ਮਹੀਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਤੀਤ ਕੀਤੇ ਹਨ। ਭੀਮ ਚੰਦ ਸੋ ਰਸ ਪਇਓ ਦੀਨ ਸੁਦਵੈਸ਼ ਮਿਟਾਏ। ਇਹ ਜਿਹੜਾ ਭੀਮ ਚੰਦ ਰਾਜਾ ਹੈ ਨਾ, ਇਹ ਕਹਿਲੂਰ ਇਹਦੀ ਰਿਆਸਤ ਹੈ, ਉਸੇ ਰਿਆਸਤ ਵਿੱਚ ਹੀ ਅਨੰਦਪੁਰ ਸਾਹਿਬ ਵਸਿਆ ਹੋਇਆ। ਸੋ ਅੱਜ ਭਾਵੇਂ ਉਹ ਰਿਆਸਤਾਂ ਜਿਹੜੀਆਂ ਨੇ ਵੱਖੋ ਵੱਖਰੇ ਸੂਬੇ ਬਣ ਗਏ, ਸਟੇਟਾਂ ਬਣ ਗਈਆਂ, ਅਤੇ ਉਹ ਜਿਹੜੀ ਰਿਆਸਤ ਹੈ ਹਿਮਾਚਲ ਵਿੱਚ ਚਲੇ ਗਈ ਹੈ ਭਾਵੇਂ, ਪਰ ਪਹਿਲਾਂ ਇਹ ਅਨੰਦਪੁਰ ਸਾਹਿਬ ਇਸੇ ਕਹਿਲੂਰ ਰਿਆਸਤ ਵਿੱਚ ਆਉਂਦਾ, ਇਸੇ ਰਿਆਸਤ ਦਾ ਉਹ ਰਾਜਾ ਜਿਹਦਾ ਨਾਮ ਹੈ ਭੀਮ ਚੰਦ। ਪਹਿਲਾਂ ਤਾਂ ਮਹਾਰਾਜ ਨਾਲ ਇਹ ਵੈਰ ਕਰਦਾ ਸੀ, ਪਰ ਜਦੋਂ ਜੰਗ ਵਿੱਚੋਂ ਹਾਰ ਖਾਧੀ ਹੈ ਹੁਣ ਮਹਾਰਾਜ ਦਾ ਮਿੱਤਰ ਬਣ ਗਿਆ, ਹੁਣ ਈਰਖਾ ਇਹਨੇ ਮਨ ਵਿੱਚੋਂ ਕੱਢ ਦਿੱਤੀ ਹੈ। ਆਦੜੀ ਛੰਦ ਅਵਰੰਗ ਤੁਰਕ ਪਤ ਨੈ ਦੇਸ਼। ਸੋ ਕਹਿਣ ਲੱਗੇ ਨਹੀਂ ਸੀ ਦੇਸ਼ ਵਿੱਚ, ਇਹ ਜਿਹੜਾ ਔਰੰਗਜ਼ੇਬ ਬਾਦਸ਼ਾਹ ਨਾ ਉਸ ਵੇਲੇ ਦੇਸ਼ ਵਿੱਚ ਨਹੀਂ ਹੈ। ਚੜ ਗਇਓ ਦਿਸ਼ਾ ਦੱਖਣ ਵਿਸ਼ੇਸ਼, ਕਿਉਂਕਿ ਇਹ ਦੱਖਣ ਨੂੰ ਚਲਾ ਗਿਆ। ਗੁਰਮੁਖੋ ਇਤਿਹਾਸ ਵਿੱਚ ਆਪਾਂ ਬਚਨ ਸਰਵਣ ਕੀਤੇ, ਭਾਈ ਮਤੀ ਦਾਸ ਜੀਆਂ ਦੀ ਸ਼ਹੀਦੀ ਹੋਈ ਔਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਹੋਈ। ਜਿਸ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਹੋਈ, ਰਾਤ ਨੂੰ ਡਰਿਆ ਔਰੰਗਜ਼ੇਬ ਬਾਦਸ਼ਾਹ, ਡਰ ਕੇ ਆਪਣੇ ਮਹਿਲ ਛੱਡ ਕੇ, ਦਿੱਲੀ ਛੱਡ ਕੇ ਦਿੱਲੀਓ ਬਾਹਰ ਚਲਾ ਗਿਆ। ਬਾਹਰ ਜਾ ਕੇ ਤੰਬੂ ਲਾ ਕੇ ਆਪਣੀਆਂ ਫੌਜਾਂ ਵਿੱਚ ਬੈਠ ਕੇ ਸਮਾਂ ਬਤੀਤ ਕਰਦਾ। ਇੱਕ ਦਿਨ ਬੜੇ ਕਿਸੇ ਕਾਮਲ ਫਾਜ਼ਲ ਪੀਰ ਨੂੰ ਜਾ ਕੇ ਪੁੱਛਿਆ, ਪੀਰ ਜੀ ਮੈਂ ਦਿੱਲੀ ਵਿੱਚ ਰਹਿਣਾ ਚਾਹੁੰਦਾ, ਪਰ ਦਿੱਲੀ ਵਿੱਚ ਮੈਨੂੰ ਡਰ ਲੱਗਦਾ ਜਦੋਂ ਮੈਂ ਜਾਂਦਾ ਹਾਂ, ਤੁਸੀਂ ਕੋਈ ਮੰਤਰ ਪੜ੍ਹੋ, ਕੋਈ ਉਪਚਾਰ ਕਰੋ ਕਿ ਮੈਂ ਦਿੱਲੀ ਵਿੱਚ ਰਹਿ ਸਕਾਂ। ਅਤੇ ਗੁਰਮੁਖੋ ਉਹ ਜਿਹੜਾ ਪੀਰ ਹੈ ਨਾ, ਬੜਾ ਸ਼ਕਤੀਸ਼ਾਲੀ ਹੈ, ਬੜਾ ਕਰਾਮਾਤੀ ਹੈ। ਪੀਰ ਨੇ ਆਖਿਆ ਔਰੰਗਜ਼ੇਬ, ਜਿਹੜੀ ਰਾਤ ਤੂੰ ਦਿੱਲੀ ਵਿੱਚ ਬਤੀਤ ਕਰੇਂਗਾ ਉਹ ਰਾਤ ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਵੇਗੀ। ਗੁਰੂ ਕਾ ਸਿੱਖ ਭਾਈ ਮਤੀ ਦਾਸ ਤੇਰੇ 'ਤੇ ਡਾਢਾ ਗੁੱਸੇ ਹੈ, ਉਹ ਤੈਨੂੰ ਹੁਣ ਦਿੱਲੀ ਵਿੱਚ ਨਹੀਂ ਰਹਿਣ ਦੇਵੇਗਾ। ਜੇ ਆਪਣੀ ਜ਼ਿੰਦਗੀ ਚਾਹੁੰਦਾ ਦਿੱਲੀ ਨੂੰ ਛੱਡ ਕੇ ਕਿਤੇ ਦੂਰ ਪਾਸੇ ਚਲਾ ਜਾ। ਉਸ ਪੀਰ ਦੇ ਕੋਲੋਂ ਬਚਨ ਸੁਣ ਕੇ ਫਿਰ ਔਰੰਗਜ਼ੇਬ ਨੂੰ ਦਿੱਲੀ ਛੱਡਣੀ ਪਈ, ਦਿੱਲੀ ਛੱਡ ਕੇ ਅਤੇ ਦੱਖਣ ਨੂੰ ਚਲਾ ਗਿਆ। ਕਹਿਣ ਲੱਗੇ ਇਸ ਵੇਲੇ ਔਰੰਗਜ਼ੇਬ ਪੰਜਾਬ ਦੇ ਵਿੱਚ ਜਾਂ ਦਿੱਲੀ ਵਿੱਚ ਨਹੀਂ ਹੈ, ਇਸ ਵੇਲੇ ਦੱਖਣ ਨੂੰ ਗਿਆ ਹੋਇਆ ਹੈ। ਕਰ ਬਾਡ ਮਹਿਮ ਸੈਨਾ ਵਿਸਾਲ, ਇਸਨੇ ਵੀ ਬਹੁਤ ਵੱਡੀ ਫੌਜ ਜਿਹੜੀ ਹੈ ਉਹ ਆਪਣੇ ਨਾਲ ਰੱਖੀ ਹੋਈ ਹੈ। ਜਹ ਤਾਨ ਸ਼ਾਹੇ ਸੈਯਦ ਵਿਸਾਲ, ਇਹਦੇ ਨਾਲ ਬੜੇ ਬੜੇ ਸੈਯਦ, ਸੈਯਦ ਮੁਸਲਮਾਨਾਂ ਦੇ ਵਿੱਚ ਇੱਕ ਫਿਰਕਾ ਹੈ,
ਸੈਯਦ ਜਾਤੀ ਦੇ ਫਿਰਕੇ ਦੇ ਬੇਅੰਤ ਲੋਕ ਇਸ ਦੇ ਨਾਲ ਹਨ। ਗੱਡ ਗੋਲ ਕੁੰਡ ਮਾਵਾ ਸਕੀਨ, ਇਸ ਨੇ ਬਹੁਤ ਜ਼ਿਆਦਾ ਵੱਡਾ ਕਹਿ ਲਈਏ ਕਿਲ੍ਹਾ ਬਣਾਇਆ ਹੈ। ਕਿਲ੍ਹੇ ਦਾ ਨਾਮ ਹੀ ਗੋਲਕੰਡਾ ਹੈ। ਅੱਜ ਵੀ ਤੁਸੀਂ ਵੇਖੋ ਗੋਲਕੰਡਾ ਕਿਲ੍ਹੇ ਦਾ ਨਾਮ ਹੈ। ਇਹਨੇ ਬੜਾ ਵੱਡਾ ਜਾ ਕੇ ਦੱਖਣ ਵਿੱਚ ਕਿਲ੍ਹਾ ਬਣਵਾਇਆ ਹੈ। ਗਣ ਚਮੂ ਹਣਤ ਨਹਿ ਦਰਬਦੀਨ, ਅਤੇ ਇਸ ਨੇ ਬਹੁਤ ਜ਼ਿਆਦਾ ਫੌਜ ਰੱਖ ਲਈ ਹੈ। ਬਹੁਤ ਚਮੂ ਹਣਤ ਨਹਿ ਦਰਬਦੀਨ, ਔਰੰਗੇ ਦੀ ਬਹੁਤੀ ਸੈਨਾ ਮਾਰਦਾ ਹੈ। ਕਹਿਣ ਲੱਗੇ ਵੀ ਬਹੁਤ ਵੱਡਾ ਇਹ ਕਿਲ੍ਹਾ ਹੈ। ਜਹ ਨਗਰ ਹੈਦਰਾਬਾਦ ਆਹੇ, ਹੈਦਰਾਬਾਦ ਨਾਮ ਦਾ ਗੁਰਮੁਖੋ ਨਗਰ ਹੈ। ਹੈਦਰਾਬਾਦ ਅੱਜ ਸ਼ਹਿਰ ਬਣ ਗਿਆ ਹੈ। ਕਹਿਣ ਲੱਗੇ ਹੈਦਰਾਬਾਦ ਦਾ ਜਿਹੜਾ ਨਵਾਬ ਹੈ ਨਾ, ਉਹ ਔਰੰਗਜ਼ੇਬ ਨੂੰ ਕੋਈ ਮਾਲੀਆ ਨਹੀਂ ਦਿੰਦਾ, ਕੋਈ ਪੈਸਾ ਨਹੀਂ ਦਿੰਦਾ ਹੈ। ਤਾਂ ਕਰਤਬਾਸ ਬੜ ਰਾਜ ਤਾਂ ਹੈ, ਅਤੇ ਉਹ ਉੱਥੇ ਵਾਸ ਕਰਦਾ। ਕਹਿਣ ਲੱਗੇ ਤਾਨੇ ਸ਼ਾਹ ਗੁਰਮੁਖੋ ਇਸ ਦਾ ਨਾਮ ਹੈ। ਇਤਿਹਾਸ ਵਿੱਚ ਬਚਨ ਆ ਗਿਆ ਵੀ ਇਸ ਰਾਜੇ ਦੀ ਸੰਧੀ ਸੀ ਸ਼ਾਹਜਹਾਨ ਦੇ ਨਾਲ ਔਰ ਜਹਾਂਗੀਰ ਦੇ ਨਾਲ, ਕਿ ਤੁਸੀਂ ਮੇਰੇ ਦੇਸ਼ 'ਤੇ ਹਮਲਾ ਨਾ ਕਰਿਓ, ਮੈਂ ਤੁਹਾਡੇ 'ਤੇ ਨਹੀਂ ਕਰਾਂਗਾ, ਆਪਾਂ ਰਲ ਕੇ ਰਾਜ ਚਲਾਈਏ। ਅਤੇ ਜਦੋਂ ਸ਼ਾਹਜਹਾਨ ਬਾਦਸ਼ਾਹ ਮਰਨ ਲੱਗਾ ਨਾ, ਉਹਦੇ ਅੰਤਲੇ ਦਿਨ ਆਏ, ਅਤੇ ਉਹਨੇ ਆਪਣੇ ਪੁੱਤਰ ਔਰੰਗਜ਼ੇਬ ਨੂੰ ਆਖਿਆ ਵੀ ਔਰੰਗਜ਼ੇਬ, ਤਖ਼ਤ ਦਾ ਤੂੰ ਮਾਲਕ ਬਣ ਗਿਆ, ਪਰ ਹੈਦਰਾਬਾਦ ਦੇ ਨਵਾਬ ਨੇ ਤਾਨੇ ਸ਼ਾਹ ਨੇ ਪੀੜ੍ਹੀਆਂ ਤੋਂ ਲੈ ਕੇ ਆਪਣੇ ਨਾਲ ਆਪਾਂ ਇਕੱਠੇ ਰਲ ਕੇ ਰਹੇ ਹਾਂ, ਅਸੀਂ ਕਦੇ ਉਹਦੇ 'ਤੇ ਹਮਲਾ ਨਹੀਂ ਕੀਤਾ, ਉਹਨੇ ਕਦੇ ਸਾਡੇ 'ਤੇ ਨਹੀਂ ਕੀਤਾ, ਅਤੇ ਤੂੰ ਕਦੇ ਉਹਦੇ ਉੱਪਰ ਹਮਲਾ ਨਹੀਂ ਕਰਨਾ ਹੈ। ਔਰੰਗਜ਼ੇਬ ਨੇ ਇਹ ਬਚਨ ਆਪਣੇ ਪਿਤਾ ਕੋਲੋਂ ਸੁਣਿਆ ਸੀ, ਪਰ ਕਹਿਣ ਲੱਗੇ ਵੀ ਉਸ ਤਾਨੇ ਸ਼ਾਹ ਦੇ ਕੋਲ ਨਾ ਇੱਕ ਹੀਰਾ ਸੀ ਜਿਹੜਾ ਉਂਗਲੀ ਦੇ ਵਿੱਚ ਪਾਉਂਦਾ ਸੀ, ਅਤੇ ਉਸ ਹੀਰੇ ਦੀ ਕੀਮਤ ਬਹੁਤ ਵੱਡੀ ਹੈ। ਜਦੋਂ ਔਰੰਗਜ਼ੇਬ ਨੂੰ ਪਤਾ ਲੱਗਾ ਵੀ ਉਹ ਹੀਰਾ ਬਹੁਤ ਜ਼ਿਆਦਾ ਮਹਿੰਗੇ ਮੁੱਲ ਦਾ ਹੈ, ਅਤੇ ਉਸ ਵੇਲੇ ਔਰੰਗਜ਼ੇਬ ਨੇ ਕੀ ਕੀਤਾ ਕਿ ਉਹ ਹੀਰਾ ਲੈਣ ਵਾਸਤੇ ਫਰਿਆਦ ਆਪਣਾ ਸੁਨੇਹਾ ਭੇਜਿਆ ਇੱਕ ਜੌਹਰੀ ਨੂੰ ਭੇਜ ਕੇ। ਜੌਹਰੀ ਨੂੰ ਕਿਹਾ ਵੀ ਪਤਾ ਕਰੋ ਹੀਰੇ ਦੀ ਕੀਮਤ ਕੀ ਹੈ, ਅਤੇ ਜੌਹਰੀ ਨੇ ਆ ਕੇ ਆਖਿਆ, ਕਹਿਣ ਲੱਗਾ ਔਰੰਗਜ਼ੇਬ ਜਿੰਨੀ ਤੇਰੇ ਕੋਲ ਮਾਇਆ, ਤਿੰਨ ਗੁਣਾ ਮਾਇਆ ਹੋਰ ਉਹਦੇ ਵਿੱਚ ਪਾ, ਇਕੱਠੀ ਕਰ, ਅਤੇ ਫਿਰ ਹੀਰਾ ਖਰੀਦਿਆ ਜਾ ਸਕਦਾ। ਜਦੋਂ ਇਹ ਗੱਲ ਔਰੰਗਜ਼ੇਬ ਨੇ ਸੁਣੀ, ਸੋਚਿਆ ਇੰਨੀ ਮਾਇਆ ਤਾਂ ਨਹੀਂ ਇਕੱਠੀ ਕਰ ਸਕਦਾ, ਪਰ ਮੈਂ ਕਿਵੇਂ ਨਾ ਕਿਵੇਂ ਇਹ ਜਿਹੜਾ ਹੀਰਾ ਹੈ ਇਹ ਖੋਹ ਲਵਾਂ। ਉਸ ਵੇਲੇ ਔਰੰਗਜ਼ੇਬ ਇਸ ਤਾਨੇ ਸ਼ਾਹ ਨਾਮ ਦਾ ਜਿਹੜਾ ਨਵਾਬ ਹੈ ਉਹਦੇ ਨਾਲ ਵੈਰ ਕਰਕੇ ਰੱਖਦਾ ਹੈ। ਬਿਤ ਗਏ ਬਰਖ ਬਹੁਤ ਯੁੱਧ, ਉਹਦੇ ਨਾਲ ਜੰਗ ਕਰਦਿਆਂ। ਹੁਣ ਔਰੰਗਜ਼ੇਬ ਚਾਹੁੰਦਾ ਵੀ ਇਹਨੂੰ ਮਾਰ ਵੀ ਦੇਵਾਂ, ਇਹਦਾ ਹੀਰਾ ਵੀ ਖੋਹ ਲਵਾਂ, ਪਰ ਉਹਦੇ ਕੋਲ ਇੱਕ ਬਹੁਤ ਵੱਡਾ ਕਿਲ੍ਹਾ ਹੈ ਅਤੇ ਕਿਲ੍ਹੇ ਵਿੱਚ ਸਾਰੀਆਂ ਸਹੂਲਤਾਂ ਉਹਦੇ ਕੋਲ ਨੇ। ਔਰੰਗਜ਼ੇਬ ਨੂੰ ਉਹਦੇ ਨਾਲ ਜੰਗ ਕਰਦਿਆਂ ਤਾਨੇ ਸ਼ਾਹ ਦੇ ਨਾਲ ਕਈ ਸਾਲ ਲੰਘੇ ਹਨ। ਨਹਿ ਮਿਟਤ ਦਹੁੰ ਦਿਸ਼ ਅਧਿਕ ਕ੍ਰਦ, ਦੋਵਾਂ ਪਾਸਿਆਂ ਤੋਂ ਜੰਗ ਮਿਟਦਾ ਨਹੀਂ। ਤਾਨੇ ਸ਼ਾਹ ਦੇ ਕੋਲ ਬੜੀ ਮਾਇਆ, ਬੜੇ ਖਜ਼ਾਨੇ ਨੇ ਔਰ ਅਨਾਜ ਦੀ ਵੀ ਕਮੀ ਨਹੀਂ ਹੈ। ਔਰੰਗਜ਼ੇਬ ਦੇ ਨਾਲ ਕਈ ਸਾਲ ਇਸਨੇ ਜੰਗ ਕੀਤਾ, ਦੋਵਾਂ ਪਾਸਿਆਂ ਤੋਂ ਸੂਰਮੇ ਪਿੱਛੇ ਨਹੀਂ ਹਟਦੇ ਹਨ। ਇਸ ਦੇਸ਼ ਵਿਖੇ ਸੂਬੇ ਵਿਸਾਲ, ਕਹਿਣ ਲੱਗੇ ਵੀ ਇਸ ਦੇਸ਼ ਦੇ ਵਿੱਚ ਹੋਰ ਜਿੰਨੇ ਵੀ ਸੂਬੇ ਨੇ, ਸੂਬੇਦਾਰ ਹਨ, ਰਿਆਸਤਾਂ ਦੇ ਇਲਾਕਿਆਂ ਦੇ ਜਿਹੜੇ ਰਾਜੇ ਹਨ, ਸਭ ਰਾਜ ਸਾਜ ਕਰਤੇ ਕਰਾਲ, ਉਹ ਸਾਰੇ ਆਪੋ ਆਪਣਾ ਰਾਜ ਭਾਗ ਚਲਾਉਂਦੇ, ਹਰੇਕ ਤਰੀਕਿਆਂ ਦੇ ਨਾਲ ਸਾਰਿਆਂ ਨੇ ਆਪਣਾ ਰਾਜ ਚਲਾਇਆ ਹੋਇਆ ਹੈ। ਇੱਕ ਮੀਆਂ ਖਾਨ ਉਮਰਾਵ ਤਾਹੇ, ਕਹਿਣ ਲੱਗੇ ਵੀ ਇੱਥੇ ਇੱਕ ਮੀਆਂ ਖਾਨ ਨਾਮ ਦਾ ਉਮਰਾਵ ਰਹਿੰਦਾ। ਉਮਰਾਵ ਤੋਂ ਭਾਵ ਹੁੰਦਾ ਗੁਰਮੁਖੋ ਵਜ਼ੀਰ। ਇੱਕ ਵਜ਼ੀਰ ਹੈ, ਨਾਮ ਹੈ ਉਹਦਾ ਮੀਆਂ ਖਾਨ। ਕਹਿਣ ਲੱਗੇ ਵੀ ਇੱਥੇ ਮੀਆਂ ਖਾਨ ਨਾਮ ਦਾ ਇੱਕ ਵਿਅਕਤੀ ਹੈ। ਰਹਿ ਸੰਗ ਬਾਹਨੀ ਅਧਿਕ ਜਾਹੇ, ਇਹਦੇ ਨਾਲ ਬਹੁਤ ਵੱਡੀ ਫੌਜ ਦੀ ਟੁਕੜੀ ਰਹਿੰਦੀ ਹੈ, ਬੜੀ ਵੱਡੀ ਫੌਜ ਇਹ ਮੀਆਂ ਖਾਨ ਨਾਮ ਦਾ ਜਿਹੜਾ ਵਿਅਕਤੀ ਹੈ ਆਪਣੇ ਨਾਲ ਰੱਖਦਾ ਹੈ। ਪੁਰ ਬਸੇ ਜਾਹੇ ਜੰਮੂ ਮਹਾਨ, ਕਹਿਣ ਲੱਗੇ ਵੀ ਇਹ ਜੰਮੂ ਨਾਮ ਦਾ ਜਿਹੜਾ ਮਹਾਨ ਨਗਰ ਹੈ ਇਹ ਉੱਥੇ ਆਪਣਾ ਵਾਸਾ ਰੱਖਦਾ ਹੈ। ਚੜ ਗਏ ਤਾਂ ਦਲ ਸੰਗ ਖਾਨ, ਅਤੇ ਇੱਕ ਦਿਨ ਕੀ ਹੋਇਆ ਵੀ ਇਹ ਜਿਹੜਾ ਖਾਨ ਹੈ ਨਾ ਆਪਣੀ ਫੌਜ ਲੈ ਕੇ ਉਸ ਪਾਸੇ ਨੂੰ ਚੜ ਕੇ ਗਿਆ ਹੈ। ਇੱਕ ਅਲਫ ਖਾਨ ਤਹਿ ਸੰਗ ਵੀਰ, ਇਹਨੇ ਨਾਲ ਇੱਕ ਆਪਣੇ ਲੈ ਲਿਆ ਵਿਅਕਤੀ, ਉਹਦਾ ਨਾਮ ਹੈ ਅਲਫ ਖਾਨ। ਇਹ ਗੁਰਮੁਖ ਇਹਨਾਂ ਪਠਾਨਾਂ ਦੇ ਨਾਮ ਨੇ, ਇੱਕ ਦਾ ਨਾਮ ਮੀਆਂ ਖਾਨ, ਇੱਕ ਦਾ ਨਾਮ ਅਲਫ ਖਾਨ ਹੈ। ਪਸ਼ਚਾਤ ਚਲੈ ਜੈ ਸੁਪਟ ਭੀਰ, ਇਹਨਾਂ ਦੇ ਮਗਰ ਬਹੁਤ ਵੱਡੀ ਸੂਰਮਿਆਂ ਦੀ ਫੌਜ ਜਿਹੜੀ ਉਹ ਚੱਲਦੀ ਹੈ। ਤੈ ਸਾਥ ਹੁਕਮ ਮੀਆਂ ਖਾਨ ਬਖਾਨ, ਤੇ ਕਹਿਣ ਲੱਗੇ ਵੀ ਆਪਣੇ ਸਾਥੀ ਦੇ ਨਾਲ ਅਲਫ ਖਾਨ ਦੇ ਨਾਲ ਇਹ ਜਿਹੜਾ ਮੀਆਂ ਖਾਨ ਹੈ ਨਾ ਰਸਤੇ ਵਿੱਚ ਜਾਂਦਿਆਂ ਹੋਇਆਂ ਗੱਲ ਕਹਿਣ ਲੱਗਾ ਹੈ। ਤੁਮ ਜਾਹੇ ਅਵੈ ਸੈਲਨ ਸਥਾਨ, ਕਹਿਣ ਲੱਗਾ ਵੀ ਜਾ ਹੁਣ ਤੂੰ ਪਹਾੜਾਂ ਦੇ ਵਿੱਚ ਜਾ। ਇਹ ਜਿਹੜਾ ਮੀਆਂ ਖਾਨ ਹੈ ਨਾ ਵੱਡਾ ਜਰਨੈਲ,
ਵੱਡੀ ਫੌਜ ਰੱਖਦਾ, ਉਹ ਆਪਣੇ ਨਾਲ ਦੇ ਛੋਟੇ ਜਰਨੈਲ ਨੂੰ ਕਹਿ ਲਿਆ, ਕਹਿਣ ਲੱਗਾ ਵੀ ਤੂੰ ਹੁਣ ਪਹਾੜਾਂ ਦੇ ਵਿੱਚ ਜਾ, ਪਹਾੜਾਂ ਵਿੱਚ ਬਹੁਤ ਵੱਡੀ ਫੌਜ ਹੈ ਜਾਂ ਪਹਾੜਾਂ ਵਿੱਚ ਬਹੁਤ ਇਲਾਕੇ ਨੇ, ਤੂੰ ਮੇਰਾ ਹੁਕਮ ਮੰਨ ਕੇ ਉਹਨਾਂ ਇਲਾਕਿਆਂ ਨੂੰ ਜਾਣਾ ਕਰ। ਨਿਰਪ ਜੋ ਕਟੋਚੀਆ ਔਰ ਗੁਲੇਰ, ਉੱਥੇ ਇੱਕ ਕਟੋਚੀਆ ਨਾਮ ਦਾ ਰਾਜਾ ਔਰ ਇੱਕ ਗੁਲੇਰ ਦਾ ਰਾਜਾ, ਇਹ ਦੋ ਰਿਆਸਤਾਂ ਨੇ ਜਿਹੜੇ ਉੱਥੋਂ ਦੇ ਰਾਜੇ ਹਨ। ਜਸਵਾਲ ਆਦਿ ਜੇਤਕ ਬੜੇ, ਇੱਕ ਜਸਵਾਲ ਨਾਮ ਦੀ ਰਿਆਸਤ ਹੈ, ਜਸਵਾਲੀਆ ਰਾਜਾ, ਇਹ ਰਿਆਸਤਾਂ ਦੇ ਗੁਰਮੁਖੋ ਨਾਂ ਨੇ ਵੀ ਇਹਨਾਂ ਰਿਆਸਤਾਂ ਦੇ ਜਿਹੜੇ ਰਾਜੇ ਹਨ। ਸਭ ਹੁਣ ਪਾਸ ਲਿਓ ਦਰਬ ਜਾਏ, ਅਤੇ ਸਾਰਿਆਂ ਤੋਂ ਜਾ ਕੇ ਆਪਣਾ ਜਿਹੜਾ ਘਰ ਹੈ ਨਾ ਉਹ ਗਰਾਹ ਕੇ ਲੈ ਕੇ ਆ। ਇਹ ਰਾਜੇ ਸਿਹੜੇ ਜਿਹੜੇ ਨੇ ਨਾ ਸਾਰੇ ਔਰੰਗਜ਼ੇਬ ਦੇ ਅਧੀਨ ਚੱਲਦੇ, ਔਰੰਗਜ਼ੇਬ ਦੇ ਹੁਕਮ ਵਿੱਚ ਚੱਲਦੇ, ਔਰ ਔਰੰਗਜ਼ੇਬ ਨੂੰ ਇਹਨਾਂ ਨੂੰ ਮਾਲੀਆ ਤਾਰਨਾ ਪੈਂਦਾ, ਸਾਲ ਪਿੱਛੋਂ ਵੀ ਇੰਨੀ ਮਾਇਆ ਅਸੀਂ ਖਜ਼ਾਨੇ ਵਿੱਚ ਜਮ੍ਹਾਂ ਕਰਾਵਾਂਗੇ। ਗੁਰਮੁਖੋ ਜਦੋਂ ਸਮਾਂ ਬਣਿਆ ਨਾ ਆ ਕੇ, ਅਤੇ ਇਸ ਮੀਆਂ ਖਾਨ ਨੇ ਆਪਣੇ ਨਾਲ ਦੇ ਸਾਥੀ ਅਲਫ ਖਾਨ ਨੂੰ ਭੇਜਿਆ ਵੀ ਜਾ ਉਹਨਾਂ ਪਹਾੜੀ ਰਾਜਿਆਂ ਦੇ ਕੋਲੋਂ ਟੈਕਸ ਇਕੱਠਾ ਕਰਕੇ ਲਿਆ, ਜਿਹੜਾ ਸਾਲ ਬਾਅਦ ਉਹਨਾਂ ਨੇ ਔਰੰਗਜ਼ੇਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਾ, ਜਾ ਤੂੰ ਲੈ ਕੇ ਆ ਉਹਨਾਂ ਦੇ ਕੋਲੋਂ, ਆਪਾਂ ਇਹ ਸਾਰੀ ਗਰਾਹੀ ਇਕੱਠੀ ਕਰਕੇ ਅਤੇ ਸ਼ਾਹੀ ਖਜ਼ਾਨੇ ਵਿੱਚ ਜਮ੍ਹਾਂ ਕਰਾਈਏ। ਕਹਿਣ ਲੱਗੇ ਵੀ ਇਸ ਤਰ੍ਹਾਂ ਮੀਆਂ ਖਾਨ ਨੇ ਅਲਪ ਖਾਨ ਨੂੰ ਇਹਨਾਂ ਰਾਜਿਆਂ ਦੇ ਕੋਲ ਮਾਇਆ ਇਕੱਠੀ ਲੈਣ ਵਾਸਤੇ ਭੇਜਿਆ ਹੈ। ਵੱਡ ਸੰਗ ਬਾਹਿਨੀ ਤਿੰਨ ਦਵਾਏ, ਅਤੇ ਇਹ ਫਿਰ ਨਾਲ ਵੱਡੀ ਫੌਜ ਲੈ ਕੇ ਵੀ ਜਾਂਦੇ ਸਨ ਵੀ ਜੇ ਰਾਜਾ ਅੱਗੋਂ ਆਕੜ ਜਾਵੇ ਜਾਂ ਰਾਜਾ ਆਖੇ ਵੀ ਮੈਂ ਨਹੀਂ ਦਿੰਦਾ ਇਹ ਤੁਹਾਨੂੰ ਮਾਇਆ, ਉੱਥੇ ਜੰਗ ਵੀ ਹੋ ਸਕਦਾ, ਰਾਜੇ ਨੂੰ ਕੈਦ ਵੀ ਕਰਨਾ ਪੈ ਸਕਦਾ, ਕੁਝ ਵੀ ਹੋ ਸਕਦਾ। ਇਸ ਕਰਕੇ ਜਿਹੜਾ ਮਾਇਆ ਇਕੱਠੀ ਕਰਨ ਚੱਲਿਆ ਉਹ ਆਪਣੇ ਨਾਲ ਵੱਡੀ ਫੌਜ ਲੈ ਕੇ ਚੱਲਦਾ। ਸੁਣ ਅਲਫ ਖਾਨ ਹਰਖਿਓ ਸੋ ਜ਼ੋਰ, ਅਤੇ ਕਹਿਣ ਲੱਗੇ ਵੀ ਇਹ ਜਿਹੜਾ ਅਲਫ ਖਾਨ ਹੈ ਨਾ ਬੜਾ ਖੁਸ਼ ਹੋਇਆ, ਇੱਕ ਛੋਟੇ ਜਿਹਾ ਕਮਾਂਡਰ ਨੂੰ ਅਫਸਰ ਨੂੰ ਵੱਡੀ ਫੌਜ ਦੇ ਕੇ ਉਹਨੂੰ ਤੁਰਿਆ ਜਾਵੇ, ਅਤੇ ਖੁਸ਼ੀ ਤਾਂ ਹੁੰਦੀ ਹੈ ਨਾ ਵੀ ਮੈਂ ਐਡੀ ਵੱਡੀ ਫੌਜ ਦਾ ਸੂਬੇਦਾਰ ਬਣ ਗਿਆ, ਹੁਕਮ ਚਲਾਉਣ ਵਾਲਾ ਬਣ ਗਿਆ, ਮੈਂ ਕਮਾਂਡਰ ਬਣ ਗਿਆ ਐਡੀ ਵੱਡੀ ਫੌਜ ਦਾ। ਕਹਿਣ ਲੱਗੇ ਵੀ ਅਲਪ ਖਾਨ ਨਾਮ ਦਾ ਇਹ ਪਠਾਨ ਬੜਾ ਖੁਸ਼ ਹੋਇਆ ਹੈ। ਲੈ ਚਮੂ ਚੱਲਿਓ ਤਿੰਨ ਸੈਲ, ਔਰ ਪਹਾੜਾਂ ਵੱਲ ਨੂੰ ਇਹਨੇ ਕਰ ਲਿਆ ਮੂੰਹ, ਅਤੇ ਪਹਾੜੀਆਂ ਰਾਜਿਆਂ ਦੇ ਕੋਲੋਂ ਇਹ ਆਪਣਾ ਕਰ ਲੈਣ ਵਾਸਤੇ ਟੈਕਸ ਲੈਣ ਵਾਸਤੇ ਚੱਲਿਆ। ਅੱਠ ਪ੍ਰਥਮ ਦੂਤ ਸੁਧ ਹਿਤ ਉਤਾਲ, ਸਾਰਿਆਂ ਤੋਂ ਪਹਿਲਾਂ ਇਸ ਨੇ ਇੱਕ ਦੂਤ ਭੇਜਿਆ, ਦੂਤ ਨੂੰ ਭੇਜਿਆ ਖਬਰ ਦੇਣ ਵਾਸਤੇ ਵੀ ਪਹਾੜੀ ਰਾਜਿਆਂ ਨੂੰ ਖਬਰ ਦੇ ਦਿਓ ਵੀ ਮੈਂ ਫਲਾਣੇ ਮਹੀਨੇ ਦੀ ਫਲਾਣੀ ਤਰੀਕ ਨੂੰ ਆਵਾਂਗਾ, ਇੰਨੀ ਇੰਨੀ ਮਾਇਆ ਤੁਹਾਡੇ ਕੋਲੋਂ ਜਿਹੜੀ ਹੈ ਉਹ ਜਮ੍ਹਾਂ ਹੋਣੀ ਹੈ, ਅਤੇ ਆਪਣੀ ਗਿਣ ਕੇ ਇਕੱਠੀ ਕਰਕੇ ਰੱਖੋ, ਤਾਂ ਕਿ ਦਿਨ ਦੇ ਦਿਨ ਕੋਈ ਰਾਜਾ ਇਹ ਨਾ ਕਹੇ ਵੀ ਮੇਰੇ ਕੋਲ ਇਸ ਵੇਲੇ ਪੈਸੇ ਹੈ ਨਹੀਂ, ਮੈਂ ਫਲਾਣੇ ਤੋਂ ਲੈਣੇ ਨੇ, ਜਾਂ ਮੇਰੇ ਕੋਲ ਆਹ ਮੁਸੀਬਤ ਪਈ ਹੈ, ਕੋਈ ਰਾਜਾ ਬਹਾਨਾ ਨਾ ਲਾ ਦੇਵੇ। ਪਹਿਲਾਂ ਸੁਨੇਹਾ ਭੇਜਿਆ ਜਾਂਦਾ ਭਾਈ ਵੀ ਇਸ ਦਿਨ ਨੂੰ ਮੈਂ 15 ਦਿਨਾਂ ਬਾਅਦ ਆਵਾਂਗਾ ਜਾਂ 20 ਦਿਨਾਂ ਬਾਅਦ ਆਵਾਂਗਾ, ਜਿੰਨੀ ਜਿੰਨੀ ਮਾਇਆ ਤੁਸੀਂ ਦੇਣੀ ਹੈ ਇਕੱਠੀ ਕਰਕੇ ਰੱਖੋ। ਇਸ ਪਠਾਨ ਨੇ ਅਲਫ ਖਾਨ ਨੇ ਇੱਕ ਆਪਣਾ ਦੂਤ ਭੇਜਿਆ ਰਾਜਿਆਂ ਨੂੰ ਖਬਰ ਦੇਣ ਵਾਸਤੇ ਕਿ ਰਾਜਿਓ ਮੈਂ ਤੁਹਾਡੇ ਕੋਲ ਮਾਇਆ ਲੈਣ ਆ ਰਿਹਾ ਹਾਂ। ਕਟੋਚੀ ਨਿਰਪ ਕਿਰਪਾਲ, ਅਤੇ ਸਾਰਿਆਂ ਤੋਂ ਪਹਿਲਾਂ ਜਿਹੜਾ ਦੂਤ ਹੈ ਨਾ ਸੁਨੇਹਾ ਲੈ ਕੇ ਆਇਆ ਕਟੋਚੀਆ ਜਿਹੜਾ ਰਾਜਾ ਉਹਦੇ ਕੋਲ ਪਹੁੰਚਿਆ ਹੈ। ਦੇਹੋ ਦੰਡ ਦਰਬ ਮਿਲ ਅਗਰ ਆਏ, ਅਤੇ ਉਸਨੇ ਆ ਕੇ ਆਖਿਆ ਵੀ ਤੁਸੀਂ ਇਹ ਜਿਹੜਾ ਖਰਾਜ ਹੈ ਨਾ, ਖਰਾਜ ਤਾਰਨਾ, ਮਾਲੀਆ ਤਾਰਨਾ, ਟੈਕਸ ਤਾਰਨਾ, ਆਪਾਂ ਕੁਝ ਵੀ ਕਹਿ ਸਕਦੇ ਹਾਂ। ਦੂਤ ਨੇ ਆਖਿਆ ਵੀ ਮੇਰੇ ਮਗਰ ਅਲਫ ਖਾਨ ਨਾਮ ਦਾ ਪਠਾਨ ਤੁਰਿਆ ਆਉਂਦਾ, ਇਸ ਤਰੀਕ ਨੂੰ ਤੁਹਾਡੇ ਕੋਲ ਪਹੁੰਚੇਗਾ, ਆਪੋ ਆਪਣੀ ਮਾਇਆ ਇਕੱਠੀ ਕਰਕੇ ਰੱਖੋ ਅਤੇ ਤਾਰਨੀ ਕਰੋ, ਦੇਣਾ ਕਰੋ। ਸਾਵਧਾਨ ਹੋਹੋ ਨਤ ਰਣ ਮਚਾਏ, ਜੇ ਤੁਸੀਂ ਇਹ ਮਾਇਆ ਨਹੀਂ ਨਾ ਦੇਵੋਗੇ ਵੀ ਅਸੀਂ ਨਹੀਂ ਟੈਕਸ ਤਾਰਦੇ, ਅਤੇ ਫਿਰ ਆਪਣੀ ਫੌਜ ਤਿਆਰ ਕਰ ਲਓ, ਫਿਰ ਤੁਹਾਡੇ ਨਾਲ ਜੰਗ ਹੋਵੇਗਾ, ਕਿਉਂਕਿ ਉਹ ਜਰਨੈਲ ਹੈ ਔਰੰਗਜ਼ੇਬ ਦਾ ਭੇਜਿਆ ਹੋਇਆ, ਵੱਡੀ ਫੌਜ ਲੈ ਕੇ ਆ ਰਿਹਾ। ਔਰੰਗਜ਼ੇਬ ਦਾ ਹੁਕਮ ਇਹ ਵੀ ਸਾਰਿਆਂ ਕੋਲੋਂ ਇਹ ਮਾਇਆ ਲੈ ਕੇ ਆਉਣੀ ਹੈ, ਅਤੇ ਜੇ ਕੋਈ ਨਾ ਕਰੇ ਉਹਨੂੰ ਫਿਰ ਕੈਦ ਵੀ ਕਰਨਾ ਪੈਂਦਾ, ਜੰਗ ਵੀ ਕਰਨੀ ਪੈਂਦੀ ਹੈ। ਇਹ ਦੂਤ ਨੇ ਸੁਨੇਹਾ ਦਿੱਤਾ, ਕਹਿਣ ਲੱਗਾ ਵੀ ਜੇ ਤਾਂ ਤੁਸੀਂ ਟੈਕਸ ਤਾਰ ਦਿਓ ਤਾਂ ਠੀਕ ਹੈ, ਨਹੀਂ ਤਾਰੋਗੇ ਫਿਰ ਜੰਗ ਲੜਨ ਵਾਸਤੇ ਤਿਆਰ ਹੋਣਾ ਕਰੋ। ਸੁਣ ਕਹਿ ਕਿਰਪਾਲ ਨੇ ਭਾਂ ਸੁਚੇਤ, ਕਹਿਣ ਲੱਗੇ ਵੀ ਇਹ ਜਿਹੜਾ ਕਿਰਪਾਲ ਚੰਦ ਨਾਮ ਦਾ ਰਾਜਾ ਸੀ ਗੁਰਮੁਖੋ ਇੱਥੋਂ ਦਾ ਕਟੋਚ ਦਾ, ਇਹ ਸੁਣ ਕੇ ਗੱਲ 'ਤੇ ਕੋਈ ਬਹੁਤਾ ਸਾਵਧਾਨ ਜੰਗ ਵਾਸਤੇ ਤਿਆਰ ਨਹੀਂ ਹੋਇਆ ਹੈ। ਚੜ੍ਹਿਆ ਏ ਦੁਰਗ 'ਤੇ ਮਿਲਣ ਹੇਤ, ਇਹ ਆਪਣੇ ਮਿਲਣ ਵਾਸਤੇ ਕਿਲ੍ਹੇ ਤੋਂ ਚੜ੍ਹ ਕੇ ਚੱਲ ਪਿਆ ਰਾਜਾ, ਜਦੋਂ ਪਤਾ ਲੱਗਾ ਨਾ ਵੀ ਉਹ ਪਠਾਨ ਆਉਂਦਾ ਪਿਆ, ਜੰਗ ਵਾਸਤੇ ਤਾਂ ਤਿਆਰ ਨਹੀਂ ਹੋਇਆ ਪਰ ਅੱਗੋਂ ਮਿਲਣ ਵਾਸਤੇ ਚੱਲਿਆ ਹੈ। ਜਬ ਬਰਿਓ ਦੂਣ ਮਹਿ ਅਲਫ ਖਾਨ, ਅਤੇ ਕਹਿਣ ਲੱਗੇ ਵੀ ਇੱਧਰੋਂ ਰਾਜਾ ਆ ਗਿਆ ਮਿਲਣ ਵਾਸਤੇ, ਅਤੇ ਉੱਧਰੋਂ ਇਹ ਜਿਹੜਾ ਅਲਫ ਖਾਨ ਨਾਮ ਦਾ ਪਠਾਨ ਹੈ, ਅਲਫ ਖਾਨ ਇਹਦਾ ਨਾਮ ਹੈ,
ਇਧਰੋਂ ਇਹ ਪਠਾਨ ਵੀ ਕਹਿੰਦੇ ਚੱਲਦੇ ਚੱਲਦੇ ਪਹਾੜਾਂ ਦੀਆਂ ਦੂਣਾ ਵਿੱਚ ਪਹੁੰਚ ਗਿਆ ਹੈ। ਬਟ ਕਰੇ ਸ਼ੋਰ ਥਲ ਪਤ ਗੁਮਾਨ, ਤੇ ਕਹਿਣ ਲੱਗੇ ਵੀ ਉਸ ਵੇਲੇ ਇਹਨਾਂ ਨੇ ਬੜਾ ਥਲ ਪਾ ਤੋਂ ਭਾਵ ਹੈ ਵੀ ਔਰੰਗਜ਼ੇਬ ਜੋ ਹਿੰਦ ਦਾ ਪਤੀ ਹੈ ਨਾ ਉਸਦੇ ਗੁਮਾਨ ਵਿੱਚ ਇਹਨਾਂ ਨੇ ਬੜਾ ਸ਼ੋਰ ਕੀਤਾ, ਕਿਉਂਕਿ ਛੋਟਾ ਜਰਨੈਲ ਸੀ ਨਾ, ਛੋਟੇ ਜਰਨੈਲ ਨੂੰ ਫੌਜ ਵੱਡੀ ਦੇ ਦਿੱਤੀ, ਤਾਕਤਾਂ ਜ਼ਿਆਦੀਆਂ ਦੇ ਦਿੱਤੀਆਂ, ਅਤੇ ਉਹ ਆਕੜ ਵਿੱਚ ਆ ਗਿਆ ਵੀ ਮੈਂ ਐਡੀ ਵੱਡੀ ਫੌਜ ਅਤੇ ਹੁਣ ਤਾਂ ਮੈਂ ਹੀ ਹਾਂ ਜੋ ਕੁਝ ਹਾਂ। ਨਾਲੇ ਗੱਲ ਇਹ ਆ ਵੀ ਇਹ ਹੈ ਔਰੰਗਜ਼ੇਬ ਦਾ ਵਜ਼ੀਰ ਬਣ ਕੇ ਆਇਆ, ਪਿੱਛੇ ਔਰੰਗਜ਼ੇਬ ਦਾ ਹੱਥ ਹੈ ਵੀ ਹਿੰਦੁਸਤਾਨ ਦੇ ਮਾਲਕ ਨੇ ਮੈਨੂੰ ਭੇਜਿਆ ਔਰ ਫੌਜ ਇਹਦੇ ਕੋਲ ਬੜੀ ਵੱਡੀ ਹੈ। ਇਹਨਾਂ ਨੇ ਫਿਰ ਰਾਜ ਦੀ ਮਰਿਆਦਾ ਨਹੀਂ ਰੱਖੀ ਵੀ ਰਾਜ ਦੀ ਕੀ ਮਰਿਆਦਾ, ਕੀ ਰੀਤੀ ਹੈ, ਕੀ ਪਰੰਪਰਾ ਨਹੀਂ। ਜਿਹੜੀ ਦੂਣ ਵਿੱਚ ਜਾਂਦੇ ਉੱਥੇ ਜਾ ਕੇ ਬੜਾ ਰੌਲਾ ਪਾਉਂਦੇ, ਬੜਾ ਕਚੱਜ ਘੋਲਦੇ, ਬੜਾ ਉੱਚਾ ਨੀਵਾਂ ਬੋਲਦੇ, ਜੋ ਵੀ ਇਹ ਉਪਦਰਵ ਕਰ ਸਕਦੇ ਸਨ ਖੋਟਾ ਕੰਮ ਇਹਨਾਂ ਨੇ ਰੱਜ ਰੱਜ ਕੇ ਉੱਥੇ ਕੀਤਾ ਹੈ। ਤਾਂ ਮਿਲਿਓ ਜਾਏ ਗਿਰਪਤ ਕਿਰਪਾਲ, ਇੰਨੇ ਚਿਰ ਨੂੰ ਉਹ ਜਿਹੜਾ ਰਾਜਾ ਸੀ ਨਾ ਕਿਰਪਾਲ ਚੰਦ ਕਟੋਚੀਆ, ਇਹ ਵੀ ਜਾ ਕੇ ਅੱਗੋਂ ਮਿਲ ਪਿਆ ਹੈ। ਖੁਸ਼ ਦਈ ਭੇਟ ਬੇਨਤੀ ਸੁਨਾਲ, ਇਸਨੇ ਥੋੜ੍ਹੀ ਮਾਇਆ ਦਿੱਤੀ, ਜਿੰਨੀ ਦੇਣੀ ਚਾਹੀਦੀ ਉਨੀ ਨਹੀਂ ਦਿੱਤੀ ਹੈ, ਥੋੜ੍ਹੀ ਮਾਇਆ ਦੇ ਕੇ ਅਤੇ ਨਾਲ ਬੇਨਤੀ ਕੀਤੀ, ਇੱਕ ਤਰਲਾ ਵੀ ਇਹਨੇ ਕੀਤਾ ਹੈ। ਕਰ ਰਾਜਨੀਤ ਕੋ ਫੇਰ ਘੇਰ, ਕਹਿਣ ਲੱਗੇ ਰਾਜਨੀਤੀ ਦੇ ਵਿੱਚ ਪੈ ਕੇ ਨਾ ਰਾਜਨੀਤੀ ਖੇਡੀ, ਰਾਜਨੀਤੀ ਖੇਡ ਕੇ ਅਤੇ ਇਸਨੇ ਫਿਰ ਇਸ ਤਰ੍ਹਾਂ ਆਖਿਆ ਹੈ। ਕਹਿ ਅਲਫ ਖਾਨ ਸੋ ਨਿਰਪਤ ਫੇਰ, ਉਹ ਜਿਹੜਾ ਅਲਪ ਖਾਨ ਹੈ ਨਾ ਉਸਨੂੰ ਫਿਰ ਰਾਜਾ ਇਸ ਤਰ੍ਹਾਂ ਕਹਿਣ ਲੱਗਾ ਹੈ। ਸਭ ਗਿਰਨ ਰਾਜ ਬਾਈ ਸਤਾਰ, ਕੀ ਆਖਿਆ, ਕਹਿਣ ਲੱਗਾ ਵੀ ਮੇਰੇ ਕੋਲੋਂ ਇੰਨੀ ਕੁ ਮਾਇਆ ਸਰਦੀ ਮੈਂ ਦੇ ਦਿੱਤੀ ਹੈ, ਪਰ ਮੇਰੀ ਇੱਕ ਗੱਲ ਵੀ ਹੈ, ਉਹ ਧਿਆਨ ਦੇ ਨਾਲ ਸੁਣ ਅਲਫ ਖਾਨ। ਅਤੇ ਅਲਫ ਖਾਨ ਨੇ ਆਖਿਆ ਕੀ ਗੱਲ ਹੈ, ਕਹਿਣ ਲੱਗਾ ਗੱਲ ਇਹ ਹੈ ਕਿ ਇਹਨਾਂ ਪਹਾੜਾਂ ਦੇ 22 ਰਾਜੇ ਨੇ, 22 ਧਾਰਾਂ ਦੇ ਜਿਹੜੇ ਰਾਜੇ ਹਨ। ਕਹਿਲੂਰਪਤੀ ਸਭ ਮੈਂ ਉਦਾਰ, ਉਹਦੇ ਵਿੱਚ ਭੀਮ ਚੰਦ ਰਾਜਾ ਸਭ ਤੋਂ ਵੱਡਾ ਹੈ। ਇਸ ਰਾਜੇ ਨੇ ਸੋਚਿਆ ਵੀ ਮੈਂ ਆਪਣੇ ਕੋਲੋਂ ਮੁਸੀਬਤ ਲਾਹਵਾਂ ਅਤੇ ਦੂਜੇ ਦੇ ਗਲ ਵਿੱਚ ਪਾਵਾਂ, ਜੇ ਮੈਨੂੰ ਪੂਰਾ ਮਾਲੀਆ ਦੇਣਾ ਪਿਆ, ਟੈਕਸ ਦੇਣਾ ਪਿਆ ਤਾਂ ਮੇਰੇ ਵਾਸਤੇ ਔਖਾ ਹੋ ਜਾਣਾ, ਮੈਂ ਥੋੜ੍ਹਾ ਟੈਕਸ ਦੇ ਕੇ ਅਤੇ ਇਸ ਬਲਾ ਨੂੰ ਕਿਸੇ ਹੋਰ ਦੇ ਗੱਲ ਪਾ ਦਿਆਂ। ਅਤੇ ਰਾਜਨੀਤੀ ਖੇਡਦਿਆਂ ਹੋਇਆ ਉਹਨੇ ਇਹ ਗੱਲ ਕਹੀ, ਕਹਿਣ ਲੱਗਾ ਵੀ ਸਾਡੇ 22 ਰਾਜਿਆਂ ਵਿੱਚੋਂ ਸਭ ਤੋਂ ਵੱਡਾ ਰਾਜਾ ਭੀਮ ਚੰਦ ਹੈ, ਉਹਦੇ ਕੋਲ ਇਲਾਕਾ ਵੀ ਜ਼ਿਆਦਾ ਹੈ, ਉਹਦੇ ਕੋਲ ਫੌਜ ਵੀ ਵੱਡੀ ਹੈ, ਉਹਦੇ ਕੋਲ ਮਾਇਆ ਵੀ ਬਹੁਤੀ ਹੈ, ਮੇਰੇ ਕੋਲੋਂ ਤੂੰ ਇਹ ਥੋੜ੍ਹੀ ਜਿਹੀ ਮਾਇਆ ਲੈ ਲਾ, ਮੈਂ ਤਾਂ ਇਹੋ ਹੀ ਦੇ ਸਕਦਾ, ਮੈਂ ਤਾਂ ਗਰੀਬ ਰਾਜਾ ਹਾਂ, ਪਰ ਸਭ ਤੋਂ ਅਮੀਰ ਰਾਜਾ ਭੀਮ ਚੰਦ ਹੈ, ਉਹਦੇ ਕੋਲੋਂ ਜਾ ਕੇ ਬਹੁਤੀ ਮਾਇਆ ਲੈਣਾ ਕਰ ਲਿਓ। ਪ੍ਰਥਮ ਤਿਸੀ ਤੇ ਪੁੰਜ ਦਰਬ, ਤੁਸੀਂ ਜਾ ਕੇ ਉਹਦੇ ਕੋਲੋਂ ਬਹੁਤੀ ਮਾਇਆ ਲਓ, ਕਿਉਂਕਿ ਰਾਜਾ ਵੱਡਾ, ਉਹਦੇ ਕੋਲ ਧਨ ਵੀ ਬਹੁਤਾ ਹੈ, ਅਤੇ ਉਹਦੇ ਕੋਲੋਂ ਜਾ ਕੇ ਬਹੁਤੀ ਮਾਇਆ ਲੈਣਾ ਕਰੋ। ਹੁਣ ਦੇਹੇ ਆਪ ਹੀ ਔਰ ਸਰਵ, ਜੇ ਤੁਸੀਂ ਵੱਡੇ ਰਾਜੇ ਦੇ ਕੋਲੋਂ ਮਾਇਆ ਕਢਵਾ ਲਈ, ਉਹਦੇ ਵੱਲ ਵੇਖ ਕੇ ਜਿਹੜੇ ਛੋਟੇ ਰਾਜੇ ਨੇ ਉਹਨਾਂ ਨੇ ਆਪਣੇ ਆਪ ਹੀ ਦੇ ਦੇਣੀ, ਤੁਸੀਂ ਆ ਕੇ ਪਹਿਲਾਂ ਛੋਟੇ ਰਾਜੇ ਨੂੰ ਹੱਥ ਪਾਇਆ, ਮੈਂ ਤਾਂ ਛੋਟਾ ਜਿਹਾ ਇੱਕ ਨਿੱਕੀ ਜਿਹੀ ਰਿਆਸਤ ਦਾ ਰਾਜਾ, ਮੇਰੇ ਕੋਲੋਂ ਲੈ ਵੀ ਲਵੋਗੇ ਪਰ ਮੇਰੇ ਵੱਲ ਵੇਖ ਕੇ, ਤੁਹਾਨੂੰ ਕਿਸੇ ਹੋਰ ਨੇ ਬਹੁਤਾ ਕੁਝ ਦੇਣਾ ਨਹੀਂ, ਪਰ ਮੇਰੀ ਸਲਾਹ ਇਹ ਹੈ ਵੀ ਤੁਸੀਂ ਸਭ ਤੋਂ ਵੱਡੇ ਰਾਜੇ ਨੂੰ ਜਾ ਕੇ ਪਕੜੋ, ਉਹਦੇ ਕੋਲੋਂ ਮਾਇਆ ਕਢਾਓ ਜਿੰਨੀ ਕਢਵਾ ਸਕਦੇ, ਜਦੋਂ ਵੱਡੇ ਰਾਜੇ ਤੋਂ ਕਢਵਾਓਗੇ ਅਤੇ ਛੋਟਿਆਂ ਨੇ ਫਿਰ ਆਪਣੇ ਆਪ ਮਾਇਆ ਦੇ ਦੇਣੀ ਹੈ। ਜਬ ਲੱਗਣਾ ਦੇ ਗੋ ਭੀਮ ਚੰਦ, ਜਿੰਨਾ ਚਿਰ ਭੀਮ ਚੰਦ ਰਾਜਾ ਤੁਹਾਨੂੰ ਟੈਕਸ ਨਹੀਂ ਦੇਵੇਗਾ, ਪੈਸਾ ਮਾਇਆ ਨਹੀਂ ਦਿੰਦਾ ਹੈ, ਟਰ ਜਾਏ ਸਕਲ ਧਨ ਦੇਣ ਬ੍ਰਿੰਦ, ਉਹਨਾਂ ਚਿਰ ਸਾਰੇ ਰਾਜਿਆਂ ਨੇ ਟਲ ਜਾਣਾ, ਸਾਰਿਆਂ ਨੇ ਬਹਾਨਾ ਲਾ ਦੇਣਾ ਮੈਨੂੰ ਤਾਂ ਇਹ ਕੰਮ ਪੈ ਗਿਆ, ਕਿਸੇ ਨੇ ਕਹਿਣਾ ਮੀਂਹ ਨਹੀਂ ਪਿਆ, ਕਿਸੇ ਨੇ ਕਹਿਣਾ ਵੀ ਸੋਕਾ ਪੈ ਗਿਆ, ਕਿਸੇ ਨੇ ਕਹਿਣਾ ਡੋਬਾ ਹੋ ਗਿਆ, ਇਹ ਕੋਈ ਨਾ ਕੋਈ ਬਹਾਨਾ ਸਾਰਿਆਂ ਨੇ ਲਾ ਲੈਣਾ, ਫਿਰ ਕਿਸੇ ਨੇ ਵੀ ਤੁਹਾਨੂੰ ਮਾਇਆ ਜਿੰਨੀ ਤੁਹਾਡੀ ਬਣਦੀ ਹੈ ਦੇਣੀ ਨਹੀਂ ਹੈ। ਕਹਿਲੂਰਪਤੀ ਰਣ ਕਰਹਿ ਜੋਏ, ਕਿਉਂਕਿ ਇਹ ਜਿਹੜਾ ਕਹਿਲੂਰੀਆ ਰਾਜਾ ਭੀਮ ਚੰਦ ਹੈ ਇਹ ਬਹੁਤ ਵੱਡੇ ਜੰਗ ਵੀ ਕਰਦਾ ਹੈ। ਹਮ ਅਪਰ ਨਿਰਪਤ ਤੁਸੀਂ ਸੰਗ ਹੋਏ, ਅਤੇ ਇਸੇ ਤਰ੍ਹਾਂ ਅਸੀਂ ਵੀ ਉਹਦੇ ਨਾਲ ਫਿਰ ਰਲਾਂਗੇ, ਜਿਹੜਾ ਸਾਡਾ ਵੱਡਾ ਰਾਜਾ ਹੈ ਅਸੀਂ ਉਹਦੇ ਨਾਲ ਮਿਲ ਕੇ ਉਹਦੀ ਮਦਦ ਕਰਾਂਗੇ, ਅਤੇ ਫਿਰ ਇਹ ਸਾਰੇ ਰਾਜੇ ਮਿਲ ਕੇ ਜੰਗ ਕਰਦੇ ਹਨ। ਜੀਤ ਯੁੱਧ ਮੈਂ ਕਰੈ ਜ਼ੇਰ, ਅਤੇ ਫਿਰ ਇਹ ਜੰਗ ਵਿੱਚ ਯੁੱਧ ਕਰਕੇ ਜੰਗ ਵਿੱਚ ਜਿੱਤ ਜਾਂਦੇ ਹਨ। ਧਨ ਲਿਹੇ ਅਧਿਕ ਲੱਖ ਦੋਸ਼ ਫੇਰ, ਅਤੇ ਫਿਰ ਉਸ ਨੂੰ ਆਪਣੇ ਅਧੀਨ ਕਰਕੇ ਅਤੇ ਦੋਸ਼ੀ ਮੰਨਦੇ ਹਨ। ਮਮ ਕਹਿਓ ਮਾਨ ਇਮ ਲਿਹ ਦਰਬ, ਇਸ ਕਰਕੇ ਮੇਰੀ ਗੱਲ ਮੰਨ, ਇਹ ਕਟੋਚੀਆ ਰਾਜਾ ਕਹਿ ਰਿਹਾ ਵੀ ਮੇਰੇ ਕੋਲੋਂ ਥੋੜ੍ਹੀ ਮਾਇਆ ਲੈ ਲੈ,
ਸਭ ਤੋਂ ਪਹਿਲਾਂ ਭੀਮ ਚੰਦ ਰਾਜੇ ਕੋਲੋਂ ਮਾਇਆ ਕਢਵਾ, ਉਹ ਸਭ ਤੋਂ ਵੱਡਾ ਹੈ। ਇਹ ਗੱਲ ਮੇਰੀ ਨੂੰ ਮੰਨ ਲੈਣਾ ਕਰ। ਗਿਰਪਤੀ ਮਲਹਿੰਦੇ ਦੰਡ ਸਰਵ। ਜਦੋਂ ਵੱਡੇ ਰਾਜੇ ਦੀ ਜਾ ਕੇ ਧੌਣ 'ਤੇ ਗੋਡਾ ਰੱਖੇਗਾ, ਨਿੱਕੇ ਰਾਜਿਆਂ ਨੇ ਆਪਣੇ ਆਪ ਹੀ ਮੰਨ ਜਾਣਾ। ਵੱਡੇ ਕੋਲੋਂ ਪੈਸਾ ਕਢਾਏਗਾ, ਛੋਟਿਆਂ ਨੇ ਬਿਨਾਂ ਕਢਾਉਣ ਤੋਂ ਆਪੇ ਹੀ ਦੇ ਦੇਣਾ। ਮੇਰੀ ਸਲਾਹ ਮੰਨ ਕੇ ਵੱਡੇ ਰਾਜੇ ਨੂੰ ਜਾ ਕੇ ਹੱਥ ਪਾਉਣਾ ਕਰ। ਸੁਣ ਕਹਿ ਕਿਰਪਾਲ ਤੇ ਅਲਫ ਖਾਨ। ਜਦੋਂ ਅਲਫ ਖਾਨ ਨੇ ਸੁਣੀਆਂ ਨਾ ਗੱਲਾਂ ਇਸ ਕਿਰਪਾਲ ਚੰਦ ਨਾਮ ਦੇ ਰਾਜੇ ਤੋਂ, ਕਟੋਚੀਆ ਰਾਜਾ, ਕਟੋਚੀਆ ਇਸ ਦੀ ਰਿਆਸਤ ਹੈ, ਜਦੋਂ ਇਸ ਰਾਜੇ ਤੋਂ ਅਲਫ ਖਾਨ ਨੇ ਗੱਲਾਂ ਸੁਣੀਆਂ ਹਨ, ਮਾਨੇ ਸੋ ਬੈਨ ਹਿੱਤ ਆਪਣ ਜਾਣ, ਤੇ ਆਪਣੀ ਇਹਦੇ ਵਿੱਚ ਹਿੱਤ ਜਾਣ ਕੇ ਵੀ ਹਾਂ ਇਹਦੇ ਵਿੱਚ ਮੇਰਾ ਫਾਇਦਾ ਹੈ, ਨਿੱਕੇ ਰਾਜੇ ਤੋਂ ਪੈਸਾ ਲਵਾਂਗਾ ਕਿੰਨੇ ਕੁ ਮਿਲੇਗਾ, ਜੇ ਮੈਂ ਵੱਡੇ ਰਾਜੇ ਨੂੰ ਹੱਥ ਪਾਵਾਂਗਾ ਵੱਡਾ ਰਾਜਾ ਮਾਇਆ ਵੀ ਜ਼ਿਆਦੀ ਦੇਵੇਗਾ, ਉਹਦੇ ਵੱਲ ਵੇਖ ਕੇ ਦੂਜੇ ਰਾਜੇ ਵੀ ਦੇਣਗੇ। ਇਹ ਗੱਲ ਅਲਫ ਖਾਨ ਨੂੰ ਚੰਗੀ ਲੱਗੀ ਹੈ ਵੀ ਇਹ ਗੱਲ ਮੇਰੇ ਯੋਗ ਹੈ, ਮੈਨੂੰ ਇਹਦੇ ਵਿੱਚ ਫਾਇਦਾ ਹੈ, ਆਪਣਾ ਇਸ ਗੱਲ ਵਿੱਚ ਫਾਇਦਾ ਜਾਣ ਕੇ ਲਾਭ ਜਾਣ ਕੇ। ਧੰਨ ਭੀਮ ਚੰਦ ਤੇ ਪ੍ਰਥਮ ਲਿਓ, ਤੇ ਉਸ ਵੇਲੇ ਆਖਿਆ ਕਹਿਣ ਲੱਗਾ ਠੀਕ ਹੈ, ਮੈਂ ਸਭ ਤੋਂ ਜਾ ਕੇ ਪਹਿਲਾਂ ਭੀਮ ਚੰਦ ਨੂੰ ਦੱਬਦਾ, ਸਭ ਤੋਂ ਪਹਿਲਾਂ ਉਹਦੇ ਕੋਲੋਂ ਜਾ ਕੇ ਧੰਨ ਲੈਂਦਾ। ਜੇ ਕਰੇ ਜੰਗ ਲੜ ਮਾਰ ਦਿਓ, ਤੇ ਜੇ ਮੇਰੇ ਨਾਲ ਉਹ ਜੰਗ ਕਰੇਗਾ ਨਾ ਭੀਮ ਚੰਦ ਰਾਜਾ, ਤੇ ਮੈਂ ਲੜ ਕੇ ਉਹਨੂੰ ਮਾਰ ਵੀ ਦੇਵਾਂਗਾ, ਖਤਮ ਕਰ ਦਿਆਂਗਾ, ਰਹਿਣ ਨਹੀਂ ਦੇਵਾਂਗਾ। ਜੇ ਮੇਰੇ ਨਾਲ ਜੰਗ ਕਰਨ ਬਾਰੇ ਸੋਚੇਗਾ ਤੇ ਮੈਂ ਜੰਗ ਵਿੱਚ ਉਸਨੂੰ ਮਾਰ ਦੇਣਾ ਹੈ। ਮਮ ਸੈਨ ਸੰਗ ਔਰ ਨਿਰਪ ਕਿਰਪਾਲ। ਕਿਉਂਕਿ ਮੇਰੇ ਕੋਲ ਫੌਜ ਬੜੀ ਵੱਡੀ ਹੈ, ਇੱਕ ਤਾਂ ਇਹ ਹੰਕਾਰ ਹੈ, ਜਰਨੈਲ ਛੋਟਾ ਹੈ ਫੌਜ ਵੱਡੀ ਲੈ ਕੇ ਆਇਆ, ਇੱਕ ਤਾਂ ਇਹ ਮਾਣ ਹੈ ਵੀ ਮੈਂ ਬੜਾ ਵੱਡਾ ਜਰਨੈਲ, ਮੇਰੇ ਕੋਲ ਫੌਜ ਬੜੀ ਵੱਡੀ ਹੈ, ਅਤੇ ਦੂਜੀ ਗੱਲ ਇਹ ਵੀ ਰਾਜੇ ਨੇ ਵੀ ਸਹਿਯੋਗ ਦਿੱਤਾ ਵੀ ਜੇ ਤੇਰਾ ਜੰਗ ਹੋ ਵੀ ਗਿਆ ਤਾਂ ਮੈਂ ਤੇਰੇ ਨਾਲ ਆ ਕੇ ਖੜਾਂਗਾ, ਤੇਰੀ ਮਦਦ ਕਰਾਂਗਾ। ਹੁਣ ਅਲਫ ਖਾਨ ਨੂੰ ਹੋਰ ਮਨ ਵਿੱਚ ਮਾਣ ਵਧਿਆ ਵੀ ਹੁਣ ਤਾਂ ਮੇਰੀ ਜਿੱਤ ਪੱਕੀ ਹੈ, ਕਹਿਣ ਲੱਗਾ ਹੁਣ ਮੈਂ ਭੀਮ ਚੰਦ ਨਾਲ ਜੰਗ ਕਰਦਾ ਹਾਂ। ਔਰ ਮਿਲੇ ਔਰ ਦਵੈ ਦਲ ਵਿਸਾਲ, ਤੇ ਮੇਰੇ ਨਾਲ ਹੋਰ ਵੀ ਦੋ ਵੱਡੇ ਦਲ ਆ ਕੇ ਮਿਲ ਜਾਣੇ ਹਨ, ਸਭ ਕੋ ਦਬਾਏ ਦੈ ਜ਼ੋਰ ਘੋਰ, ਮੈਂ ਸਾਰਿਆਂ ਨੂੰ ਫਿਰ ਦਬਾਵਾਂਗਾ, ਦਬਾ ਕੇ ਸਾਰਿਆਂ ਕੋਲੋਂ ਪੈਸਾ ਕਢਵਾਉਣਾ ਕਰਾਂਗਾ। ਧੰਨ ਲਿਹੋ ਅਦਕ ਕਰ ਗਿਰਨ ਸ਼ੋਰ, ਮੈਂ ਇਹਨਾਂ ਗਿਰਪਤੀਆਂ ਤੋਂ ਜਿਹੜੇ ਪਹਾੜੀ ਰਾਜੇ ਨੇ ਇਹਨਾਂ ਦੇ ਕੋਲੋਂ ਫਿਰ ਮਾਇਆ ਕਢਵਾਵਾਂਗਾ, ਆਪਣੇ ਜ਼ੋਰ ਦੇ ਨਾਲ ਲੈਣਾ ਕਰਾਂਗਾ। ਤਬ ਅਲਫ ਖਾਨ ਕੋਲੇ ਕਿਰਪਾਲ, ਕਹਿਣ ਲੱਗੇ ਕਿਰਪਾਲ ਚੰਦ ਰਾਜਾ ਅਲਫ ਖਾਨ ਨੂੰ ਨਾਲ ਲੈ ਕੇ, ਵਿੱਚ ਬਰਿਵਾਏ ਸੈਲਨ ਬੇਸਾਲ, ਜਿਹੜੇ ਸੈਲ ਪਹਾੜ ਨੇ ਦੂਜੇ ਰਾਜਿਆਂ ਕੋਲੋਂ ਪੈਸਾ ਇਕੱਠਾ ਕਰਨ ਵਾਸਤੇ ਗਰਾਉਣ ਵਾਸਤੇ ਨਾਲ ਚੱਲ ਪਿਆ ਹੈ। ਨਦੌਣ ਆਏ ਕਰ ਸਿਵਰ ਕੀਨ, ਇਹ ਨਦੌਣ ਵੀ ਗੁਰਮੁਖੋ ਰਿਆਸਤ ਦਾ ਨਾਮ ਹੀ ਹੈ, ਇਸ ਰਿਆਸਤ ਵਿੱਚ ਆ ਕੇ ਇਹਨਾਂ ਨੇ ਆਪਣਾ ਟਿਕਾਣਾ ਕੀਤਾ ਰਹਿਣ ਵਾਸਤੇ। ਸਾਵਧਾਨ ਹੋਏ ਰਣ ਸਾਜਲੀਨ, ਤੇ ਕਹਿਣ ਲੱਗੇ ਵੀ ਸਾਵਧਾਨ ਹੋ ਕੇ ਤੇ ਇਹਨਾਂ ਨੇ ਰਣ ਜੰਗ ਲੜਨ ਵਾਸਤੇ ਸਾਰੀ ਤਿਆਰੀ ਕਰ ਲਈ ਹੈ। ਪਠ ਦਿਓ ਦੂਤ ਟਿਕ ਭੀਮ ਚੰਦ, ਆਪਣਾ ਆਪਣੇ ਵੱਲੋਂ ਜੰਗ ਦੀ ਤਿਆਰੀ ਕਰਕੇ ਤੇ ਇਹਨਾਂ ਨੇ ਇੱਕ ਆਪਣਾ ਦੂਤ ਭੇਜਿਆ, ਜਿਵੇਂ ਪਹਿਲਾਂ ਕਟੋਚੀਏ ਰਾਜੇ ਵੱਲ ਦੂਤ ਭੇਜਿਆ ਸੀ ਨਾ ਵੀ ਮਾਇਆ ਇਕੱਠੀ ਕਰੋ, ਅਸੀਂ ਇੰਨੇ ਦਿਨਾਂ ਨੂੰ ਲੈਣ ਆਵਾਂਗੇ ਨਹੀਂ ਤਾਂ ਜੰਗ ਕਰਾਂਗੇ, ਇਸੇ ਤਰ੍ਹਾਂ ਹੀ ਹੁਣ ਭੀਮ ਚੰਦ ਰਾਜੇ ਕੋਲ ਦੂਤ ਭੇਜਿਆ, ਇੱਕ ਸੁਨੇਹਾ ਲੈ ਕੇ ਜਾਣ ਵਾਲਾ, ਵੀ ਰਾਜੇ ਨੂੰ ਸੁਨੇਹਾ ਦਿਓ ਵੀ ਇੰਨੀ ਪੈਸਾ ਦਿਆ ਕੇ ਸਾਨੂੰ ਦੇਵੇ ਨਹੀਂ ਤੇ ਜੰਗ ਵਾਸਤੇ ਤਿਆਰ ਹੋਣਾ ਕਰੇ। ਦੈ ਦਰਬ ਆਨ ਮਿਲ ਹੱਥ ਬੰਦ, ਇਹ ਹੱਥ ਜੋੜ ਕੇ ਸਾਨੂੰ ਆ ਕੇ ਮਿਲੇ, ਨਾਲੇ ਸਾਨੂੰ ਆ ਕੇ ਪੈਸਾ ਦੇਵੇ। ਹੁਣ ਇਸ ਅਲਫ ਖਾਨ ਦੇ ਮਨ ਵਿੱਚ ਹੰਕਾਰ ਹੈ ਨਾ, ਮਾਣ ਹੈ ਵੀ ਮੈਂ ਵੱਡੇ ਰਾਜੇ ਦਾ ਵੱਡਾ ਵਜ਼ੀਰ ਹਾਂ। ਇਹਨੇ ਹੁਕਮ ਜਾਰੀ ਕੀਤਾ ਭੀਮ ਚੰਦ ਰਾਜਾ ਨਾਲੇ ਤੇ ਪੈਸਾ ਦੇ ਆ ਕੇ ਜਿਹੜਾ ਟੈਕਸ ਬਣਦਾ, ਨਾਲੇ ਸਾਨੂੰ ਹੱਥ ਜੋੜ ਕੇ ਅੱਗੋਂ ਮਿਲਣਾ ਕਰ। ਨਤ ਦੇਸ਼ ਤੋਰ ਮੈਂ ਪਾਉ ਰੋ, ਨਹੀਂ ਤੇ ਤੇਰੇ ਦੇਸ਼ ਨੂੰ ਅਸੀਂ ਤੋੜ ਦਿਆਂਗੇ, ਨਾਸ਼ ਕਰ ਦਿਆਂਗੇ, ਤੇਰਾ ਦੇਸ਼ ਤਬਾਹ ਕਰ ਦਿਆਂਗੇ ਔਰ ਤੈਨੂੰ ਖਤਮ ਕਰ ਦੇਣਾ ਹੈ। ਸਭ ਲੂਟ ਲਿਓ ਫਿਰ ਠੌਰ ਠੌਰ, ਅਸੀਂ ਸਾਰਾ ਦੇਸ਼ ਤੇਰਾ ਜਿੱਥੇ ਵੀ ਸਾਡਾ ਜ਼ੋਰ ਚੱਲੇਗਾ ਤੇਰੇ ਸ਼ਹਿਰ ਲੁੱਟ ਲੈ ਜਾਣਗੇ, ਤੇਰੇ ਪਿੰਡ ਸਾਰੇ ਲੁੱਟ ਲੈ ਜਾਣੇ ਹਨ। ਜਬ ਗਏ ਦੂਤ ਸਗਰੀ ਸੁਣਾਏ, ਇਸ ਤਰ੍ਹਾਂ ਕਹਿਣ ਲੱਗੇ ਵੀ ਇਹ ਜਿਹੜਾ ਦੂਤ ਹੈ ਨਾ ਇਸ ਵਜ਼ੀਰ ਦਾ ਹੁਕਮ ਸੁਣ ਕੇ ਅਲਫ ਖਾਨ ਦਾ, ਅਤੇ ਜਾ ਕੇ ਉਸ ਦੂਤ ਨੇ ਰਾਜੇ ਭੀਮ ਚੰਦ ਨੂੰ ਸਾਰੀ ਗੱਲ ਦੱਸੀ ਹੈ ਵੀ ਤੇਰੇ ਕੋਲੋਂ ਟੈਕਸ ਲੈਣ ਵਾਸਤੇ ਔਰੰਗਜ਼ੇਬ ਦਾ ਵਜ਼ੀਰ ਆਇਆ ਹੈ। ਮਿਲਗੋ ਕਿਰਪਾਲ ਨੇ ਜਹਿਤ ਬਣਾਏ, ਅਤੇ ਨਾਲੇ ਉਸ ਵੇਲੇ ਇਹ ਵੀ ਦੱਸਿਆ ਵੀ ਇੱਕ ਤਾਂ ਇੱਥੋਂ ਦਾ ਤੁਹਾਡਾ ਹੀ ਰਾਜਾ ਜਿਹੜਾ ਕਿਰਪਾਲ ਚੰਦ, ਇਹ ਵੀ ਉਸ ਦੂਤ ਦੇ ਨਾਲ, ਇਹ ਵੀ ਉਸ ਵਜ਼ੀਰ ਦੇ ਨਾਲ ਮਿਲ ਗਿਆ। ਸੁਣ ਭੀਮ ਚੰਦ ਕਰ ਕ੍ਰੋਧ ਭੂਰ, ਕਹਿਣ ਲੱਗੇ ਵੀ ਜਦੋਂ ਭੀਮ ਚੰਦ ਨੇ ਗੱਲ ਸੁਣੀ ਤਾਂ ਉਹਨੂੰ ਗੁੱਸਾ ਬੜਾ ਆਇਆ, ਮਨ ਦੇ ਵਿੱਚ ਬੜਾ ਗੁੱਸਾ ਆਇਆ ਵੀ ਸਾਡਾ ਸਾਡੀ ਜਾਤ ਦਾ ਸਾਡੇ ਧਰਮ ਦਾ ਹਿੰਦੂ ਰਾਜਾ
ਜਿਹੜਾ ਸਾਡੇ ਨਾਲ ਮਿਲ ਕੇ ਰਾਜ ਕਰਦਾ ਹੈ ਉਹ ਸਾਡੇ ਦੁਸ਼ਮਣ ਦੇ ਨਾਲ ਮਿਲ ਗਿਆ ਹੈ। ਲੀਨੇ ਸਕੇਲ ਹਿਤ ਸਮਰ ਸੂਰ, ਉਸ ਵੇਲੇ ਕਹਿਣ ਲੱਗੇ ਵੀ ਇਸ ਭੀਮ ਚੰਦ ਰਾਜੇ ਨੇ ਆਪਣੇ ਨਾਲ ਸੂਰਮੇ ਜਿਹੜੇ ਜੰਗ ਵਾਸਤੇ ਇਕੱਠੇ ਕੀਤੇ ਹਨ। ਗਿਰਪਤੀ ਅਪਰਹਿਤਵੰਤ ਜੋਏ, ਹੋਰ ਵੀ ਜਿਹੜੇ ਪਹਾੜੀ ਰਾਜੇ ਸਨ ਜਿਹੜੇ ਭੀਮ ਚੰਦ ਨੂੰ ਪਤਾ ਸੀ ਵੀ ਇਹ ਮੇਰੇ ਨਾਲ ਆ ਕੇ ਮਿਲ ਜਾਣਗੇ, ਮੇਰੇ ਨਾਲ ਆ ਕੇ ਦੁਸ਼ਮਣ ਦੇ ਨਾਲ ਲੜਨਗੇ, ਮੇਰੀ ਮਦਦ ਕਰਨਗੇ, ਉਹ ਰਾਜੇ ਜਿਹੜੇ ਸਨ ਭੀਮ ਚੰਦ ਨੇ ਆਪਣੇ ਨਾਲ ਬੁਲਾਉਣ ਵਾਸਤੇ ਜਾਂ ਮਿਲਾਉਣ ਵਾਸਤੇ ਉਹਨਾਂ ਨੂੰ ਵੀ ਸੁਨੇਹਾ ਭੇਜ ਦਿੱਤਾ ਹੈ। ਸਭ ਹਨਹਕਾਰ ਨਿਜ ਨਿਕਟ ਸੋਏ, ਕਹਿਣ ਲੱਗੇ ਵੀ ਇਸ ਭੀਮ ਚੰਦ ਰਾਜੇ ਨੇ ਜੰਗ ਦੀ ਤਿਆਰੀ ਪੂਰੀ ਕਰ ਲਈ ਹੈ, ਆਪਣੇ ਵੱਲੋਂ ਜੰਗ ਲੜਨ ਵਾਲੇ ਸੂਰਮੇ ਤਿਆਰ ਕਰ ਲਏ, ਜਿਹੜੇ ਗੁਆਂਢੀ ਰਾਜੇ ਨੇ ਮਦਦ ਕਰਨ ਵਾਲੇ ਉਹਨਾਂ ਨੂੰ ਵੀ ਨਾਲ ਮਦਦ ਵਾਸਤੇ ਬੁਲਾ ਲਿਆ ਵੀ ਤੁਸੀਂ ਵੀ ਆ ਜਾਓ, ਇਸ ਤਰ੍ਹਾਂ ਪੂਰੀ ਤਿਆਰੀ ਕੀਤੀ ਹੈ। ਗਰਜਿਓ ਬਿਲੰਦ ਤਬ ਭੀਮ ਚੰਦ, ਉਸ ਵੇਲੇ ਭੀਮ ਚੰਦ ਰਾਜਾ ਫਿਰ ਗਰਜਿਆ, ਕਿਉਂਕਿ ਵੱਡਾ ਰਾਜਾ ਨਾ, ਉਹਦੇ ਮਨ ਵਿੱਚ ਮਾਣ ਵੀ ਆ ਵੀ ਮੇਰੇ ਕੋਲ ਫੌਜ ਬੜੀ ਔਰ ਮੈਂ ਰਾਜਿਆਂ ਦਾ ਸਰਦਾਰ ਹਾਂ ਔਰ ਕਈ ਰਾਜੇ ਦੀ ਮਦਦ ਵਿੱਚ ਆ ਗਏ, ਇਸ ਕਰਕੇ ਜੰਗ ਵਾਸਤੇ ਫਿਰ ਉਹ ਵੀ ਗੱਜਿਆ ਹੈ। ਨਹਿ ਦਿਓ ਪ੍ਰਥਮ ਧਨ ਖਾਨ ਬ੍ਰਿੰਦ, ਇਸ ਨੇ ਆਖਿਆ ਵੀ ਮੈਂ ਇਹ ਟੈਕਸ ਨਹੀਂ ਦੇਣਾ, ਮੈਂ ਇਸ ਪਠਾਨ ਨੂੰ ਮਾਲੀਆ ਨਹੀਂ ਦੇਣਾ। ਇੱਕ ਤਾਂ ਇਹਦੇ ਮੰਗਣ ਦਾ ਤਰੀਕਾ ਗਲਤ ਹੈ, ਆਖਦਾ ਵੀ ਹੱਥ ਵੀ ਜੋੜੋ ਆ ਕੇ ਮੈਨੂੰ ਅਤੇ ਪੈਸਾ ਵੀ ਦੇ ਕੇ ਜਾਓ, ਹਾਲੇ ਕਿ ਮੈਂ ਰਾਜਾ ਹਾਂ, ਇਹ ਕਿਸੇ ਰਾਜੇ ਦਾ ਵਜ਼ੀਰ ਹੈ, ਇਹਨੂੰ ਮੈਨੂੰ ਇਸ ਤਰ੍ਹਾਂ ਹੁਕਮ ਨਹੀਂ ਸੀ ਕਰਨਾ ਚਾਹੀਦਾ ਵੀ ਹੱਥ ਵੀ ਆ ਕੇ ਜੋੜ ਅਤੇ ਪੈਸਾ ਵੀ ਦੇ ਕੇ ਜਾ। ਇਹ ਗੱਲ ਦਾ ਗੁੱਸਾ ਕਰਕੇ ਕਹਿਣ ਲੱਗੇ ਭੀਮ ਚੰਦ ਰਾਜਾ ਬਹੁਤੇ ਵਿਅਕਤੀ ਨਾਲ ਲੈ ਕੇ ਜੰਗ ਵਾਸਤੇ ਆ ਵੜਿਆ ਹੈ। ਲੀਨ ਸਹਕਾਰ ਨਿਜ ਢਿੱਗ ਵਜ਼ੀਰ, ਆਪਣੇ ਵਜ਼ੀਰ ਆਪਣੇ ਕੋਲ ਬੁਲਾ ਲਏ ਹਨ। ਤਬ ਕਰਿਓ ਮੰਤਰ ਕਿਮ ਹੋਏ ਧੀਰ, ਸਾਰਿਆਂ ਨਾਲ ਸਲਾਹ ਕੀਤੀ, ਜੰਗ ਦੀ ਤਿਆਰੀ ਕਰਕੇ ਭੀਮ ਚੰਦ ਰਾਜਾ ਆਪਣੇ ਮੰਤਰੀਆਂ ਦੀ ਮੀਟਿੰਗ ਬੁਲਾਈ ਹੈ, ਸਾਰਿਆਂ ਨਾਲ ਸਲਾਹ ਕੀਤੀ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ। ਹਮ ਕਰਹਿ ਜੁਧ ਤੋ ਨੀਕ ਬਾਤ, ਮੰਤਰੀਆਂ ਨਾਲ ਸਲਾਹ ਇਹ ਕੀਤੀ ਵੀ ਤੁਸੀਂ ਇਹ ਦੱਸੋ ਵੀ ਜੇ ਆਪਾਂ ਜੰਗ ਕਰੀਏ ਉਹਦੇ ਵਿੱਚ ਆਪਣਾ ਫਾਇਦਾ ਹੋਵੇਗਾ, ਮੰਨ ਲਓ ਵੀ ਆਪਾਂ ਵਜ਼ੀਰ ਨਾਲ ਜੰਗ ਕਰਕੇ ਉਹਨੂੰ ਭਜਾ ਦੇਈਏ ਕਿ ਇਹਦੇ ਵਿੱਚ ਆਪਣਾ ਫਾਇਦਾ ਹੈ, ਉਹ ਤੁਸੀਂ ਆਪੋ ਆਪਣੀ ਸਲਾਹ ਦੇਣਾ ਕਰੋ। ਨਹਿ ਦਿਓ ਖਾਨ ਕਹੁ ਦਰਬ ਥਾਤ, ਅਤੇ ਮੈਂ ਇਹ ਇਸ ਪਠਾਨ ਨੂੰ ਮਾਇਆ ਨਹੀਂ ਦੇਵਾਂਗਾ, ਇਹ ਜਿਹੜੀ ਮਾਇਆ ਪੈਸਾ ਲੈਣ ਆਇਆ ਨਾ ਮੇਰੇ ਕੋਲ ਧਨ ਦੀ ਥੈਲੀ ਵੀ ਇੰਨਾ ਨਜ਼ਰਾਨਾ ਦੇ ਇੰਨੀ ਮਾਇਆ ਦੇ, ਉਹ ਮੈਂ ਮਾਇਆ ਇਸ ਪਠਾਨ ਦੇ ਬੱਚੇ ਨੂੰ ਨਹੀਂ ਦੇਣੀ ਹੈ। ਸੁਣ ਕਹਿ ਵਜ਼ੀਰ ਮਮ ਕਹਿਣ ਮਾਨ, ਉਸ ਵੇਲੇ ਵਜ਼ੀਰ ਨੇ ਆਖਿਆ, ਕਹਿਣ ਲੱਗੇ ਰਾਜਾ ਵੀ ਸਾਡਾ ਕਿਹਾ ਹੋਇਆ ਮਨ ਜੋ ਅਸੀਂ ਕਹਿਣ ਲੱਗੇ ਹਾਂ ਨਾ ਉਸਨੂੰ ਧਿਆਨ ਦੇ ਨਾਲ ਸੁਣਨਾ ਕਰ। ਜੇ ਚਹੋ ਤਿਨਹੋ ਸੋ ਲੜਨ ਥਾਨ, ਜੇ ਤੂੰ ਇਹਨਾਂ ਦੇ ਨਾਲ ਲੜਨਾ ਚਾਹੁੰਦਾ ਹੈ, ਫੌਜ ਇਕੱਠੀ ਕਰ ਲਈ ਹੈ ਲੜਨ ਵਾਸਤੇ, ਜੇ ਤੂੰ ਇਹਨਾਂ ਪਠਾਨਾਂ ਦੇ ਨਾਲ ਜੰਗ ਕਰਨੀ ਚਾਹੁੰਦਾ ਹੈ, ਸ੍ਰੀ ਗੁਰ ਬਹਾਦਰੀ ਜਨੋ ਵਾਹੇ, ਅਤੇ ਸਤਿਗੁਰੂ ਪਾਤਸ਼ਾਹ ਜੀਆਂ ਦੀ ਬਹਾਦਰੀ ਜਿਹੜੀ ਹੈ ਉਹ ਸਾਰਿਆਂ ਦੇ ਵਿੱਚ ਵੱਡੀ ਹੈ, ਸਤਿਗੁਰੂ ਵੱਡੇ ਬਹਾਦਰ ਹਨ। ਤਿਨਕੇ ਮਨਿੰਦ ਕੋ ਵੀਰ ਨਾਹੀ, ਗੁਰਮੁਖੋ ਇਹ ਪਹਾੜੀ ਰਾਜੇ ਵੀ ਜਾਣਦੇ ਸਨ ਵੀ ਗੁਰੂ ਗੋਬਿੰਦ ਸਿੰਘ ਵਰਗੀ ਨਾ ਫੌਜ ਕਿਸੇ ਕੋਲ ਹੈ ਨਾ ਗੁਰੂ ਗੋਬਿੰਦ ਸਿੰਘ ਵਰਗੀ ਬਹਾਦਰੀ ਕਿਸੇ ਕੋਲ ਹੈ, ਇਹ ਰਾਜੇ ਵੀ ਜਾਣਦੇ ਨੇ। ਵਜ਼ੀਰਾਂ ਨੇ ਸਲਾਹ ਦਿੱਤੀ, ਕਹਿਣ ਲੱਗੇ ਰਾਜਾ ਜੇ ਤੂੰ ਪਠਾਨ ਦੇ ਨਾਲ ਲੜਨਾ ਚਾਹੁੰਦਾ ਹੈ ਅਤੇ ਫਿਰ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਬਹਾਦਰ ਨਹੀਂ ਹੈ, ਤੁਝ ਪਰ ਪ੍ਰਸੰਨ ਹੈ ਸਰਬ ਭਾਂਤ। ਦੂਜੀ ਗੱਲ ਇਹ ਆ ਵੀ ਸਤਿਗੁਰੂ ਤੇਰੇ 'ਤੇ ਹੈ ਵੀ ਖੁਸ਼, ਤੂੰ ਪਿਛਲੀਆਂ ਗਲਤੀਆਂ ਦੀ ਸਤਿਗੁਰਾਂ ਕੋਲੋਂ ਮਾਫ਼ੀ ਮੰਗ ਲਈ ਹੈ, ਗਾਂਹ ਤੋਂ ਤੂੰ ਇਹ ਬਚਨ ਕਹਿ ਦਿੱਤਾ ਵੀ ਮਹਾਰਾਜ ਮੈਂ ਤੁਹਾਡੇ ਹੁਕਮ ਦੇ ਵਿੱਚ ਰਹਾਂਗਾ, ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰਾਂਗਾ, ਗੁਰੂ ਪਾਤਸ਼ਾਹ ਇਸ ਵੇਲੇ ਤੇਰੇ 'ਤੇ ਖੁਸ਼ ਹਨ। ਗੁਰ ਸ਼ਰਨ ਸਹਾਇਕ ਲਿਹੋ ਜਾਤ, ਅਤੇ ਸਤਿਗੁਰਾਂ ਨੂੰ ਸਤਿਗੁਰਾਂ ਦੀ ਸ਼ਰਨ ਵਿੱਚ ਜਾ ਕੇ ਮਹਾਰਾਜ ਨੂੰ ਸਹਾਇਤਾ ਵਾਸਤੇ ਬੁਲਾ। ਮੰਤਰੀਆਂ ਨੇ ਸਲਾਹ ਦਿੱਤੀ ਹੈ ਤੂੰ ਇਸ ਪਠਾਨ ਦੇ ਨਾਲ ਆਪ ਨਾ ਲੜ, ਗੁਰੂ ਨੂੰ ਸੱਦ ਕੇ ਲਿਆ ਆਪਣੀ ਮਦਦ ਵਾਸਤੇ, ਗੁਰੂ ਨੂੰ ਅੱਗੇ ਕਰ ਲੜਨ ਵਾਸਤੇ, ਇਸ ਵੇਲੇ ਗੁਰੂ ਤੇਰੀ ਮਦਦਗਾਰ ਹਨ। ਹੁਣ ਪਾਏ ਬਜਾ ਨਿਸ਼ਚੇ ਸੁਜਾਨ, ਜੇ ਤੂੰ ਗੁਰੂ ਨੂੰ ਆਪਣੇ ਨਾਲ ਮਿਲਾ ਲਵੇਂਗਾ ਅਤੇ ਫਿਰ ਨਿਸ਼ਚਾ ਹੈ ਵੀ ਤੇਰੀ ਜਿੱਤ ਹੀ ਹੋਵੇਗੀ, ਤੈਨੂੰ ਇਹ ਪਠਾਨ ਹਰਾ ਨਹੀਂ ਸਕੇਗਾ। ਪ੍ਰਭ ਚਲੈ ਆਪ, ਪ੍ਰਭ ਚਲੈ ਆਪ ਕਿਰਪਾ ਨਿਧਾਨ। ਸਤਿਗੁਰਾਂ ਦੇ ਅੱਗੇ ਬੇਨਤੀ ਕਰ ਵੀ ਮਹਾਰਾਜ ਜੰਗ ਦੇ ਵਿੱਚ ਤੁਹਾਡੀ ਫੌਜ ਨਹੀਂ ਚਾਹੀਦੀ, ਜੰਗ ਵਿੱਚ ਤੁਸੀਂ ਚਾਹੀਦੇ ਹੋ ਵੀ ਤੁਸੀਂ ਆਪ ਆ ਕੇ ਜੰਗ ਲੜੋ, ਇਸ ਤਰ੍ਹਾਂ ਮਹਾਰਾਜ ਨੂੰ ਸੁਨੇਹਾ ਦੇ ਕੇ ਬੁਲਾਉਣਾ ਕਰੋ। ਸੁਣ ਭੀਮ ਚੰਦ ਆਨੰਦ ਪਾਏ, ਜਦੋਂ ਭੀਮ ਚੰਦ ਨੇ ਸੁਣੀ ਨਾ ਗੱਲ
ਬੜਾ ਖੁਸ਼ ਹੋਇਆ, ਕਹਿਣ ਲੱਗਾ ਵੀ ਇਹ ਤਾਂ ਬੜੀ ਵਧੀਆ ਗੱਲ ਹੈ, ਨਾਲੇ ਮਹਾਰਾਜ ਅੱਗੇ ਹੋ ਕੇ ਜੰਗ ਲੜਨਗੇ, ਮੁਗਲਾਂ ਦੇ ਨਾਲ ਮਹਾਰਾਜ ਦਾ ਵੈਰ ਵੀ ਪਵੇਗਾ ਔਰ ਮੇਰੀ ਮਹਾਰਾਜ ਮਦਦ ਕਰਨਗੇ। ਇਹ ਸਲਾਹ ਬੜੀ ਚੰਗੀ ਹੈ। ਸੁਣ ਕੇ ਭੀਮ ਚੰਦ ਬੜਾ ਖੁਸ਼ ਹੋਇਆ। ਲਿਖ ਬਿਨਾ ਦੀਨ ਮੰਤਰੀ ਪਠਾਏ, ਇਸ ਨੇ ਇੱਕ ਚਿੱਠੀ ਲਿਖੀ ਹੈ, ਚਿੱਠੀ ਵਿੱਚ ਬੇਨਤੀਆਂ ਲਿਖੀਆਂ, ਉਹ ਬੇਨਤੀਆਂ ਲਿਖ ਕੇ ਇੱਕ ਆਪਣੇ ਵਜ਼ੀਰ ਨੂੰ ਮਹਾਰਾਜ ਦੇ ਕੋਲ ਭੇਜਿਆ ਹੈ। ਤਤਕਾਲ ਅਨੰਦਪੁਰ ਧਾਏ ਆਏ, ਉਹ ਜਿਹੜਾ ਵਜ਼ੀਰ ਹੈ ਬੜੀ ਛੇਤੀ ਘੋੜੇ 'ਤੇ ਚੜ੍ਹਿਆ ਅਤੇ ਦੌੜ ਕੇ ਉੱਥੇ ਆ ਗਿਆ ਜਿੱਥੇ ਮਹਾਰਾਜ ਬੈਠੇ ਹੋਏ ਹਨ। ਉੱਥੇ ਸਭਾ ਤੈਂ ਮਿਲਿਓ ਜਾਏ, ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਦੀਵਾਨ ਵਿੱਚ ਬੈਠੇ ਸਨ ਸੰਗਤਾਂ ਦੇ ਵਿੱਚ, ਉੱਥੇ ਆ ਕੇ ਇਹ ਮੰਤਰੀ ਮਿਲਿਆ ਹੈ। ਕਰ ਬੰਦ ਬੰਦਨਾ ਚਰਨ ਕੀਨ, ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਉੱਪਰ ਹੱਥ ਜੋੜ ਕੇ ਮੱਥਾ ਟੇਕਿਆ ਹੈ। ਦਿਸ਼ ਭੀਮ ਚੰਦ ਤੇ ਭਾਖ ਦੀਨ, ਜੋ ਜੋ ਭੀਮ ਚੰਦ ਨੇ ਸੁਣਿਆ ਭੇਜਿਆ ਸੀ ਉਹ ਸਭ ਕੁਝ ਵਜ਼ੀਰ ਨੇ ਮਹਾਰਾਜ ਨੂੰ ਦੱਸ ਦਿੱਤਾ ਹੈ। ਮੁਖ ਮੰਦ ਮੰਦ ਮੁਸਕਾਤ ਧੀਰ, ਸਤਿਗੁਰੂ ਪਾਤਸ਼ਾਹ ਸੁਣ ਕੇ ਹੱਸ ਪਏ। ਹੁਣ ਮਹਾਰਾਜ ਬੱਚੇ ਤੇ ਕੋਈ ਹੈ ਨਹੀਂ ਵੀ ਜਿਨ੍ਹਾਂ ਨੂੰ ਪਤਾ ਨਾ ਲੱਗੇ, ਜਾਂ ਮਹਾਰਾਜ ਇੰਨੇ ਵੀ ਅਣਜਾਣ ਨਹੀਂ ਰਾਜਨੀਤੀ ਤੋਂ ਵੀ ਪਤਾ ਨਾ ਲੱਗੇ ਵੀ ਕੀ ਹੋ ਰਿਹਾ। ਲੜਾਈ ਭੀਮ ਚੰਦ ਰਾਜੇ ਦੇ ਗੱਲ ਪਈ ਹੈ, ਉਹ ਵਰਤਦਾ ਸਤਿਗੁਰੂ ਨੂੰ ਪਿਆ। ਮਹਾਰਾਜ ਸੁਣ ਕੇ ਸਾਰੀ ਚਿੱਠੀ ਤੇ ਹੱਸ ਪਏ। ਹੱਸ ਕੇ ਮਹਾਰਾਜ ਉਸ ਵੇਲੇ ਫਿਰ ਪ੍ਰਭ ਕਹੇ ਵਾਕ ਜਨ ਧੁਨ ਗੰਭੀਰ, ਸਤਿਗੁਰੂ ਮਹਾਰਾਜ ਦੀਆਂ ਨੇ ਨਾ ਫਿਰ ਬਚਨ ਕੀਤੇ, ਜਿਨ੍ਹਾਂ ਦੇ ਬਚਨ ਬੜੇ ਗੰਭੀਰ ਹੁੰਦੇ ਨੇ, ਸਤਿਗੁਰਾਂ ਦੇ ਬੜੇ ਡੂੰਘੇ ਬਚਨ ਹੁੰਦੇ। ਮਹਾਰਾਜ ਉਸ ਵੇਲੇ ਕਹਿੰਦੇ ਹਨ, ਕਹਿ ਲੂਰਪਤੀ ਕਹੋ ਕੁਸ਼ਲ ਗਾਤ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਹੜਾ ਕਹਿਲੂਰ ਦਾ ਰਾਜਾ ਭੀਮ ਚੰਦ ਹੈ, ਕੀ ਉਹ ਕੁਸ਼ਲ ਮੰਗਲ ਹੈ, ਕੀ ਉਹਦੇ ਕੋਲ ਸੁੱਖ ਸਾਂਦ ਹੈ, ਕੀ ਉਹ ਠੀਕ ਠਾਕ ਹੈ। ਆਗਮਨ ਭਇਓ ਕਿਮ ਭਨੋ ਬਾਤ, ਇਹ ਤੇਰਾ ਆਉਣਾ ਕਿਵੇਂ ਹੋਇਆ ਵਜ਼ੀਰ, ਤੂੰ ਕਾਹਦੇ ਵਾਸਤੇ ਆਇਆ, ਸਾਰੀ ਗੱਲ ਖੋਲ੍ਹ ਕੇ ਸਾਨੂੰ ਦੱਸਣਾ ਕਰ। ਸੁਣ ਹੱਥ ਜੋਰ ਬੋਲਿਓ ਵਜ਼ੀਰ, ਇਹ ਜਿਹੜਾ ਵਜ਼ੀਰ ਹੈ ਨਾ ਹੁਣ ਹੱਥ ਜੋੜ ਕੇ ਮਹਾਰਾਜ ਨੂੰ ਕਹਿਣ ਲੱਗਾ ਹੈ। ਉਤਪਾਤ ਉੱਠਿਓ ਇੱਕ ਆਨ ਤੀਰ, ਸਤਿਗੁਰੂ ਪਾਤਸ਼ਾਹ ਕੀ ਦੱਸੀਏ, ਰਾਜੇ ਨੂੰ ਤਾਂ ਚੈਨ ਕੋਈ ਨਹੀਂ, ਨੀਂਦ ਕੋਈ ਨਹੀਂ ਆਉਂਦੀ, ਬੜਾ ਦੁਖੀ ਹੈ। ਮਹਾਰਾਜ ਨੇ ਪੁੱਛਿਆ ਕਿਉਂ, ਕਾਰਨ ਕੀ ਹੈ? ਕਹਿਣ ਲੱਗੇ ਜੀ ਕਾਰਨ ਇਹ ਹੈ, ਸਾਡੇ ਰਾਜੇ ਦੇ ਜਾਂ ਸਾਡੇ ਰਾਜ ਦੇ ਨੇੜੇ ਇੱਕ ਬਹੁਤ ਵੱਡਾ ਕਲੇਸ਼ ਦੁੱਖ ਸਾਡੇ ਗਲ ਵਿੱਚ ਪੈ ਗਿਆ ਹੈ। ਮਿਲ ਕੇ ਕਿਰਪਾਲ ਕੇ ਸੰਗ ਖਾਨ, ਸਤਿਗੁਰੂ ਪਾਤਸ਼ਾਹ ਜੀਓ ਇੱਕ ਪਠਾਨ ਆਇਆ, ਨਾਮ ਹੈ ਉਹਦਾ ਅਲਫ ਖਾਨ, ਅਤੇ ਉਹਦੇ ਨਾਲ ਇੱਕ ਰਾਜਾ ਵੀ ਮਿਲ ਗਿਆ, ਨਾਮ ਹੈ ਕਿਰਪਾਲ ਚੰਦ। ਇਹ ਦੋ ਵਿਅਕਤੀ ਫੌਜ ਲੈ ਕੇ ਸਾਡੀ ਰਿਆਸਤ ਦੇ ਆ ਕੇ ਬੈਠ ਗਏ ਨੇ, ਸਾਡੀ ਸੀਮਾ ਦੇ ਉੱਪਰ ਹੱਦ ਦੇ ਉੱਪਰ ਆ ਕੇ ਬੈਠ ਗਏ ਹਨ। ਦਲ ਕੋ ਸਕੇਲ ਕਰ ਬਲ ਮਹਾਨ, ਤੇ ਉਹ ਫੌਜ ਇਕੱਠੀ ਕਰਕੇ ਤੇ ਸਾਡੇ ਨਾਲ ਬਲ ਕਰਕੇ ਜੰਗ ਕਰਨਾ ਚਾਹੁੰਦੇ ਹਨ। ਲੂਰਪਤੀ ਢਿੱਗ ਨਰ ਪਠਾਏ, ਤੇ ਇਸ ਕਰਕੇ ਉਹ ਜਿਹੜਾ ਕਹਿਲੂਰੀਆ ਰਾਜਾ ਹੈ ਉਸਨੇ ਮਨੁੱਖ ਭੇਜੇ ਹਨ। ਧਨ ਦਿਓ ਨਹੀਂ ਅਬਰਨ ਮਚਾਏ, ਤੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਵੀ ਜਾਂ ਤੇ ਸਾਨੂੰ ਪੈਸੇ ਦੇ ਦਿਓ, ਨਹੀਂ ਤੇ ਅਸੀਂ ਤੁਹਾਡੇ ਇਸ ਰਿਆਸਤ ਵਿੱਚ ਜੰਗ ਕਰਾਂਗੇ ਔਰ ਤੁਹਾਡਾ ਸਾਰਾ ਦੇਸ਼ ਤਬਾਹ ਕਰ ਦਿਆਂਗੇ। ਇਹ ਉਹਨਾਂ ਨੇ ਸੁਣਿਆ ਭੇਜਿਆ ਹੈ। ਸੁਣ ਰਿਸਿਓ ਅਨੀਤ ਲੱਖ ਕਹਿ ਮਹਾਨ, ਤੇ ਸਾਡਾ ਰਾਜਾ ਇਸ ਗੱਲ ਨੂੰ ਅਨੀਤ ਜਾਣ ਕੇ, ਠੀਕ ਨਾ ਜਾਣ ਕੇ, ਭੀਮ ਚੰਦ ਰਾਜੇ ਨੂੰ ਗੁੱਸਾ ਆ ਗਿਆ ਵੀ ਇੱਕ ਤਾਂ ਮੇਰੇ ਨਾਲ ਧੱਕਾ ਕਰਦੇ ਪਏ, ਧੱਕੇ ਨਾਲ ਮਾਇਆ ਲੈਣ ਆ ਗਿਆ, ਇੱਕ ਮੇਰਾ ਰਿਆਸਤ ਉਜਾੜਨੀ ਚਾਹੁੰਦੇ। ਇਹ ਦੋ ਉਲਟ ਗੱਲਾਂ ਜਾਣ ਕੇ ਰਾਜਾ ਜਿਹੜਾ ਬੜੇ ਗੁੱਸੇ ਵਿੱਚ ਆਇਆ ਹੈ। ਪਟ ਗਨ ਸਕੇਲ ਕਹਿ ਜੰਗ ਠਾਨ, ਤੇ ਸਾਡੇ ਰਾਜੇ ਨੇ ਫੌਜ ਇਕੱਠੀ ਕਰ ਲਈ ਹੈ ਤੇ ਅਸੀਂ ਉਹਨਾਂ ਨਾਲ ਜੰਗ ਕਰਨ ਲੱਗੇ।